ਨਿੱਕੀ ਉਮਰ ਵੱਡੇ ਸੁਪਨੇ। ਹਰ ਸੁਪਨੇ ਦੀ ਇੱਕ ਵੱਖਰੀ ਪ੍ਰਵਾਸ। ਵੱਖਰੀ ਆਵਾਜ਼ ਤੇ ਵੱਖਰਾ ਅੰਦਾਜ਼। ਵਾਦਾ ਕੀਤਾ ਸੀ ਕਿ ਜਿੰਦ ਤੇਰੀ ਖੁਸ਼ੀਆਂ ਨਾਲ ਭਰ ਦੂੰ। ਵਾਦਾ ਪੂਰਾ ਕੀਤਾ ਨਾ ਤੂੰ ਚੰਨ ਹੀ ਲੈ ਆਇਆ ਮੇਰੇ ਕਮਲੇ ਦਿਲ ਨੂੰ ਕਿਉਂ ਤੂੰ ਐਵੇਂ ਦੁੱਖਾਂ ਵਿੱਚ ਪਾਇਆ ਕੀ ਦੱਸ ਮਜੂ। ਵੌਇਸ ਆਫ ਪੰਜਾਬ ਛੋਟਾ ਜੈਮ ਸੀਜ਼ਨ 4 ਦੀ ਤਲਾਸ਼। ਇਸ ਵਾਰੀ ਮੈਨਚੈਸਟਰ ਆਫ ਪੰਜਾਬ ਸ਼ਹਿਰ ਲੁਧਿਆਣਾ ਤੋਂ। ਪੰਜਾਬ ਬਹੁਤ ਹੀ ਵਧੀਆ ਸ਼ੋਅ ਹੈ। ਮੈਂ ਚਾਹੁੰਦੀ ਕਿ ਬੱਚੇ ਤੋਂ ਜ਼ਿਆਦਾ ਜ਼ਿਆਦਾ ਪਾਰਟੀਸਪੇਟ ਕਰਨ। ਪਹਿਲੇ ਟਾਈਮ 'ਚ ਇੱਦਾਂ ਨਹੀਂ ਹੁੰਦਾ ਸੀ, ਲੇਕਿਨ ਹੁਣ ਬੱਚਿਆਂ ਨੂੰ ਜ਼ਿਆਦਾ ਮੌਕਾ ਦਿੱਤਾ ਜਾ ਰਿਹਾ। ਬੂਟਾ ਲਾਇਆ ਜਾ ਰਿਹਾ ਹੈ? ਹਾਂਜੀ ਭਾਜੀ। ਕਿਹੜਾ ਬੂਟਾ? ਵੌਇਸ ਆਫ ਪੰਜਾਬ ਛੋਟਾ ਚੈਂਪ ਦਾ ਬੂਟਾ ਭਾਜੀ। ਵੌਇਸ ਆਫ ਪੰਜਾਬ ਛੋਟਾ ਚੈਂਪ ਦਾ ਬੂਟਾ? ਪਰ ਬੱਚੇ ਉਹਦੇ ਤਾਂ 3 ਸੀਜ਼ਨ ਹੋ ਗਏ ਨੇ ਭਾਜੀ। ਇਹ ਚੌਥੇ ਸੀਜ਼ਨ ਦਾ ਬੂਟਾ ਹੈ, ਪਹਿਲੇ ਵਾਲੇ ਵੱਡੇ ਵੀ ਹੋ ਗਏ। ਕੀ ਬਾਤ ਹੈ ਦੋਸਤੋ, ਕਿੰਨਾ ਕਰੇਜ਼ ਹੈ ਜੀ ਇਹਨਾਂ ਛੋਟੇ ਬੱਚਿਆਂ ਦੇ ਵਿੱਚ। ਦੇਖਦੇ ਹੀ ਦੇਖਦੇ ਵੌਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ 4 ਦੇ ਵਿੱਚ ਪਹੁੰਚ ਗਿਆ ਹੈ। ਜਿਵੇਂ ਇਹ ਬੂਟਾ ਵੱਡਾ ਹੋ ਕੇ ਆਪਣੀ ਛਾਂ ਨਾਲ ਸਾਰਿਆਂ ਨੂੰ ਠੰਡਕ ਦੇਵੇਗਾ, ਉਵੇਂ ਸਾਰਿਆਂ ਦੇ ਦਿਲਾਂ ਨੂੰ ਸੁਰੀਲੀ ਠੰਡਕ ਦੇਵੇਗਾ ਚੌਥਾ ਛੋਟਾ ਚੈਂਪ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜੀ ਤੁਹਾਡਾ ਸਾਰਿਆਂ ਦਾ ਸਾਹਿਲ ਵਿਡੋਲੀਆ। ਪੰਜਾਬ ਬੋਲੇ ਵਾਂਸ ਮੋਰ। ਇਹ ਹੈ ਜੀ ਅਮੁਲ ਪ੍ਰੈਜ਼ੈਂਟਸ ਵੌਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ 4। ਸਾਡੀ ਫੁੱਲ ਤਿਆਰੀ ਹੈ, ਹੁਣ ਬੱਚਿਆਂ ਦੀ ਵਾਰੀ ਹੈ। ਦੋਸਤੋ, ਸਾਡੇ ਸ਼ੋਅ ਦੇ ਕੋ ਪ੍ਰੈਜ਼ੈਂਟਰ ਨੇ ਕੋਲਗੇਟ ਸਟਰੋਂਗ ਟੀਥ, ਪਤੰਜਲੀ ਹਰਬਲ ਪਾਵਰ ਵਿਟਾ, ਪਾਵਰਡ ਬਾਈ ਗੁੱਡ ਨਾਈਟ ਐਡਵਾਂਸ ਐਕਟਿਵ ਪਲੱਸ ਐਂਡ ਲਾਈਫ ਬੋਏ। ਦੋਸਤੋ, ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ, ਕੋਈ ਵੀ ਮਿਊਜ਼ਿਕ ਸੁਣ ਲਓ। ਮੈਂ ਕਿਹਾ ਜੀ ਪੰਜਾਬੀ ਮਿਊਜ਼ਿਕ ਦੀ ਤਾਂ ਕੋਈ ਰੀਸ ਹੀ ਨਹੀਂ। ਮੈਂ ਕਿਹਾ ਜੀ ਕਿਸੇ ਵੀ ਕੰਟਰੀ ਦਾ ਭਾਵੇਂ ਪੰਜਾਬ ਨਾਲ ਜਾਂ ਫਿਰ ਪੰਜਾਬੀ ਨਾਲ ਰਿਸ਼ਤਾ ਨਾ ਹੋਵੇ, ਪਰ ਜੇ ਉੱਥੇ ਤੁਹਾਨੂੰ ਪੰਜਾਬੀ ਮਿਊਜ਼ਿਕ ਸੁਣਨ ਨੂੰ ਮਿਲ ਜਾਵੇ ਤਾਂ ਇਸ ਦੇ ਵਿੱਚ ਕੋਈ ਹੈਰਾਨੀ ਵਾਲੀ ਗੱਲ ਵੀ ਨਹੀਂ, ਕਿਉਂਕਿ ਜੀ ਪੰਜਾਬੀ ਮਿਊਜ਼ਿਕ ਹੈ ਹੀ ਇੱਦਾਂ ਦਾ ਸਿੱਧਾ ਦਿਲ 'ਤੇ ਵੱਜਦਾ ਏ। ਅਤੇ ਪੰਜਾਬੀ ਮਿਊਜ਼ਿਕ ਨੂੰ PTC ਤੋਂ ਵੱਧ ਹੋਰ ਕੌਣ ਜਾਣ ਸਕਦਾ ਏ? ਜੀ ਹਾਂ ਦੋਸਤੋ, ਜਿਸ ਨੇ ਪੰਜਾਬੀ ਟੈਲੀਵਿਜ਼ਨ ਦੇ ਇਤਿਹਾਸ ਵਿੱਚ ਵੱਡਿਆਂ ਵਾਂਗ 2014 ਵਿੱਚ ਛੋਟੇ ਬੱਚਿਆਂ ਵਾਸਤੇ ਵੌਇਸ ਆਫ ਪੰਜਾਬ ਛੋਟਾ ਚੈਂਪ ਦਾ ਸੁਰੀਲਾ ਸਫ਼ਰ ਸ਼ੁਰੂ ਕੀਤਾ। ਇੱਕ ਐਸਾ ਸਫ਼ਰ ਜਿਸ ਨੇ ਬੱਚਿਆਂ ਵਿੱਚ ਪੈਦਾ ਕੀਤਾ ਇੱਕ ਨਵਾਂ ਜੋਸ਼, ਜੋਸ਼ ਕੁਝ ਕਰ ਦਿਖਾਉਣ ਦਾ, ਜੋਸ਼ ਅੰਬਰਾਂ ਨੂੰ ਛੂਣ ਦਾ। ਦੋਸਤੋ, ਲਗਾਤਾਰ 3 ਸੀਜ਼ਨਸ ਦੀ ਗ੍ਰੈਂਡ ਸਕਸੈਸ ਤੋਂ ਬਾਅਦ ਵੌਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ 4 ਦੀ ਸ਼ੁਰੂਆਤ ਅਸੀਂ ਕਰਨ ਜਾ ਰਹੇ ਹਾਂ ਜੀ ਸ਼ਹਿਰ ਲੁਧਿਆਣੇ ਤੋਂ। ਦੋਸਤੋ, ਜਿਸ ਸ਼ਹਿਰ ਦੀ ਫਿਜ਼ਾ ਵਿੱਚ ਹੀ ਸੰਗੀਤ ਹੋਵੇ, ਦੇਖਦੇ ਹਾਂ ਕਿ ਇਸ ਸ਼ਹਿਰ ਤੋਂ ਇਸ ਵਾਰ ਸਾਨੂੰ ਕਿਹੋ ਜਿਹਾ ਟੈਲੈਂਟ ਮਿਲਦਾ ਹੈ। ਆਓ ਜੀ। ਪਾਪਾ ਦਾ ਸੁਪਨਾ ਹੈ ਕਿ ਮੈਂ ਵੱਡੀ ਹੋ ਕੇ ਇੱਕ ਬਹੁਤ ਵੱਡੀ ਸੁਪਰ ਸਟਾਰ ਬਣਾ। ਜੁੱਤੀ ਕਸੂਰੀ ਪੈਰੀ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ। ਮੈਨੂੰ 3 ਸਾਲ ਹੋ ਗਏ ਸੰਗੀਤ ਦੀ ਸਿੱਖਿਆ ਲੈਂਦੇ ਹੋਏ। ਕੰਨਾਂ ਤੋਂ ਵੀ ਸੱਖਣੀ, ਟੇਡੀਆਂ ਵੀ ਸੁਣੀਆਂ, ਚੂੜੀਆਂ ਬਗੈਰ ਚੰਨਾ ਗੋਲ ਗੋਲ ਪਾ। ਬਹੁਤ ਹਾਰਡ ਆ ਕੰਪੀਟੀਸ਼ਨ ਜੋ ਦੇਖਣ ਨੂੰ ਮਿਲ ਰਿਹਾ ਬੱਚਿਆਂ ਦੇ ਵਿੱਚ, ਬਹੁਤ ਕੰਪੀਟੀਸ਼ਨ ਹਾਰਡ ਆ। ਮੈਂ ਸਾਰੇ ਬੱਚਿਆਂ ਨੂੰ ਬੈਸਟ ਵਿਸ਼ਿਸ ਦੇਣੀ ਹੈ। ਮੈਂ ਪੱਕਾ ਵੌਇਸ ਆਫ ਪੰਜਾਬ ਜਿੱਤ ਕੇ ਹੀ ਜਾਵਾਂਗੀ। ਵਾਹ ਜੀ ਵਾਹ। ਲਓ ਜੀ ਦੋਸਤੋ, ਅਸੀਂ ਪਹੁੰਚ ਗਏ ਜੀ ਲੁਧਿਆਣਾ ਦੇ ਆਡੀਸ਼ਨ ਸੈਂਟਰ। ਮੈਂ ਕਿਹਾ ਜੀ ਜਿੱਥੇ ਦੇਖੋ ਬੱਚੇ ਹੀ ਬੱਚੇ, ਹਰ ਇੱਕ ਬੱਚੇ ਦੀ ਜ਼ੁਬਾਨ ਤੇ ਹੈ ਇੱਕੋ ਹੀ ਤਰ੍ਹਾਂ ਨਾ ਕਿ ਪੰਜਾਬ ਬੋਲੇ ਵਾਂਸ ਮੋਰ। ਸਾਡੀ ਫੁੱਲ ਤਿਆਰੀ ਹੈ, ਕੀ ਬਣਨਾ ਤੇ ਕਿਹੜੇ ਕਿਹੜੇ ਬਣਨਾ?
ਆ ਜਾਓ ਫਿਰ। ਜੋਰਾ ਸ਼ੋਰਾ ਨਾਲ ਰਜਿਸਟ੍ਰੇਸ਼ਨ ਚੱਲ ਰਹੀਆਂ ਨੇ। ਇੱਥੋਂ ਦੇ ਠਾਠਾ ਮਾਰਦੇ ਕੱਟ ਨੂੰ ਦੇਖ ਕੇ ਇੱਕ ਗੱਲ ਤਾਂ ਪ੍ਰੂਵ ਹੋ ਚੁੱਕੀ ਹੈ ਕਿ ਲੁਧਿਆਣਾ ਸ਼ਹਿਰ ਦੀ ਫਿਜ਼ਾ ਵਿੱਚ ਹੀ ਸੰਗੀਤ ਹੈ ਜੋ ਇਹਨਾਂ ਨੂੰ ਹਰ ਸਾਹ ਦੇ ਵਿੱਚ ਮਿਲਦਾ ਹੈ। ਬੱਚੇ ਬਹੁਤ ਹੀ ਜ਼ਿਆਦਾ ਐਕਸਾਈਟਡ ਨੇ ਇਹਨਾਂ ਆਡੀਸ਼ਨਸ ਵਾਸਤੇ, ਅਤੇ ਮੈਂ ਵੀ ਬਹੁਤ ਜ਼ਿਆਦਾ ਐਕਸਾਈਟਡ ਹਾਂ। ਹੋ ਸਕਦਾ ਕਿ ਇਸ ਵਾਰ ਦਾ ਵਿਨਰ ਇਸੇ ਸ਼ਹਿਰ ਤੋਂ ਹੋਵੇ। ਇਹ ਬੱਚੇ ਬਿਲਕੁਲ ਤਿਆਰ ਨੇ ਜੀ ਸੁਰਾਂ ਦੇ ਸਮੁੰਦਰ ਵਿੱਚ ਤਾਰੀਆਂ ਲਾਉਣ ਦੇ ਲਈ, ਅਤੇ ਸਾਡੇ ਜੱਜਿਸ ਵੀ ਬਿਲਕੁਲ ਤਿਆਰ ਨੇ ਜੀ ਇਹਨਾਂ ਦੇ ਸੁਰਾਂ ਨੂੰ ਪਰਖਣ ਦੇ ਲਈ। ਸਾਡੇ ਜੱਜਿਸ ਆ ਰਹੇ ਨੇ, ਕਰਦੇ ਉਹਨਾਂ ਦਾ ਸਵਾਗਤ। ਵਾਹ 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 ਵਾਹ, ਕਿਆ ਬਾਤ ਹੈ ਬਾਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਕਮਾਲ ਕਰ ਦਿੱਤੀ ਜੀ, ਸੀਜ਼ਨ 4 ਦੇ ਵਿੱਚ ਆਪਾਂ ਐਂਟਰੀ ਕਰ ਚੁੱਕੇ ਹਾਂ ਬੜੇ ਘੈਂਟ ਤਰੀਕੇ ਨਾਲ। ਸੋ ਕਮਲ ਭਾਜੀ, ਬੱਚਿਆਂ ਦੇ ਵਿੱਚ ਹਾਂਜੀ ਜੋਸ਼ ਚੁਗਣਾ ਹੋ ਗਿਆ ਕਿਉਂਕਿ ਸੀਜ਼ਨ 4 ਦੇ ਵਿੱਚ ਪਹੁੰਚ ਗਏ, ਕੀ ਹੁਣ ਜੱਜਿਸ ਦੇ ਵਿੱਚ ਵੀ ਉਹ ਐਕਸਪੈਕਟੇਸ਼ਨਸ ਚੁਗਣੀਆਂ ਹੋ ਚੁੱਕੀਆਂ? ਓਬਵੀਅਸਲੀ ਤੁਸੀਂ ਦੇਖ ਸਕਦੇ ਹੋ, ਸਚਿਨ ਭਾਜੀ, ਵੀਰ ਭਾਜੀ ਅਤੇ ਮੈਂ, ਅਸੀਂ ਦੇਖ ਸਕਦੇ ਵੀ ਕਿੰਨੇ ਤਰੋ ਤਾਜ਼ਾ ਹੋ ਕੇ ਆਏ ਬੱਚਿਆਂ ਨੂੰ ਸੁਣਨ ਲਈ। ਅਤੇ ਯਾਰ ਇਹ ਸ਼ੋਅ ਨਾਲ ਤਾਂ ਵੈਸੇ ਹੀ ਬੜਾ ਪਿਆਰ ਹੋਏ, ਬੱਚਿਆਂ ਨਾਲ ਬੜਾ ਪਿਆਰ, ਇੱਕ ਵਾਰੀ ਰੌਲਾ ਪਾ ਦਿਓ ਬੱਚਿਓ। ਸਚਿਨ ਭਾਜੀ, ਇਹ ਦੱਸੋ ਕਿ ਤੁਸੀਂ ਕੌਂਬੋ ਲੱਭੋਗੇ? ਕਹਿਣ ਦਾ ਮਤਲਬ ਇਹ ਹੈ ਕਿ ਸਿੰਗਿੰਗ ਤਾਂ ਹੈ ਹੀ ਹੈ, ਉਸ ਨਾਲ ਥੋੜ੍ਹਾ ਜਿਹਾ ਐਟੀਟਿਊਡ, ਸਟਾਈਲ, ਸਵੈਗ ਇਹ ਵੀ ਦੇਖੋਗੇ ਬੱਚਿਆਂ ਦੇ ਵਿੱਚ? ਯਾਰ ਅੱਜ ਕੱਲ੍ਹ ਦੀ ਜੋ ਜਨਰੇਸ਼ਨ ਹੈ ਨਾ ਸਾਹਿਲ, ਉਹ 'ਚ ਸਵੈਗ ਤਾਂ ਆਟੋਮੈਟਿਕਲੀ ਹੈ ਹੀ ਹੈ ਬਾਈ ਬਰਥ, ਅਤੇ ਬਾਕੀ ਜੋ ਇਹਨਾਂ ਦੀ ਸਿੰਗਿੰਗ ਕੈਪੇਬਿਲਿਟੀਜ਼ ਨੇ ਉਹ ਅਸੀਂ ਚੈੱਕ ਕਰਾਂਗੇ, ਨਾਲੇ ਇਹਨਾਂ ਦਾ ਸਵੈਗ ਚੈੱਕ ਕਰਾਂਗੇ, ਨਾਲੇ ਇਹਨਾਂ ਦਾ ਐਟੀਟਿਊਡ, ਨਾਲੇ ਪਰਫਾਰਮੈਂਸ, ਨਾਲੇ ਗੁਲਗੁਲੇ ਜੇ ਅੰਦਰ ਆਣਗੇ ਸਵਾਦ ਜਿਹਾ ਆਏਗਾ। ਅਤੇ ਵੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸੀਜ਼ਨ 4 ਦੇ ਵਿੱਚ। ਵੀਰ ਸਿੰਘ ਜੀ, ਤੁਸੀਂ ਬਹੁਤ ਵਧੀਆ ਲਿਖਦੇ ਹੋ, ਬਹੁਤ ਵਧੀਆ ਗਾਉਂਦੇ ਹੋ, ਫਿਲਮਾਂ ਦੇ ਵਿੱਚ ਤੁਹਾਡੇ ਗੀਤ ਆਏ ਨੇ, ਥੈਂਕ ਯੂ ਸਰ, ਅਤੇ ਹੁਣੇ ਲਾਹੌਰੀਆ ਮੂਵੀ ਦੇ ਵਿੱਚ ਅਸੀਂ ਤੁਹਾਡਾ ਗੀਤ ਸੁਣਿਆ। ਸੋ ਤੁਸੀਂ ਪਿਛਲੇ 3 ਸੀਜ਼ਨ ਨੂੰ ਫੋਲੋ ਕੀਤਾ, ਅਤੇ ਕੀ ਤੁਹਾਨੂੰ ਸਿੱਖਣ ਨੂੰ ਮਿਲਿਆ ਜਾਂ ਫਿਰ ਕੀ ਤੁਹਾਨੂੰ ਉਸ ਦੇ ਵਿੱਚ ਹੁਣ ਅੱਗੇ ਚੱਲ ਕੇ ਜੋ ਤੁਸੀਂ ਇਹਨਾਂ ਬੱਚਿਆਂ ਦੇ ਵਿੱਚ ਦੇਖੋਗੇ? ਦੇਖੋ ਇਹ ਸ਼ੋਅ ਇੱਦਾਂ ਦਾ ਕਿ ਮੇਰੇ ਖਿਆਲ ਸਾਰਾ ਪੰਜਾਬ ਹੀ ਕਨੈਕਟ ਹੋ ਜਾਂਦਾ ਇਸ ਸ਼ੋਅ ਦੇ ਨਾਲ, ਬਹੁਤ ਕੁਝ ਸਿੱਖਣ ਨੂੰ ਮਿਲੂਗਾ, ਐਂਡ ਬਾਕੀ ਦੇਖਦੇ ਹਾਂ ਜੋ ਖੁਦਾ ਨੇ ਕਰਨਾ ਕਰਨਾ। ਅਤੇ ਹੁਣ ਬੱਚਿਓ ਫਿਰ ਰੈਡੀ ਹੋ? ਪੂਰਾ ਜੋਸ਼ ਹੈ ਜੀ, ਮੈਂ ਕਿਹਾ ਜੀ ਪੂਰਾ ਜਨੂਨ ਹੈ ਨਾ ਬੱਚਿਆਂ ਦੇ ਵਿੱਚ, ਤੇ ਨਾਲ ਨਾਲ ਸਾਡੇ ਜੱਜਿਸ ਦੇ ਵਿੱਚ। ਜੱਜਿਸ, ਚਲੀਏ ਫਿਰ ਆਪਾਂ ਅੰਦਰ। ਚਲੋ ਜੀ, ਜਲਦੀ ਜਲਦੀ ਚੱਲਦੇ ਹਾਂ। 1 2 3 ਆ ਜਾਓ ਫਿਰ। ਕਿਆ ਬਾਤ ਹੈ ਯਾਰ, ਸੈੱਟ ਬਹੁਤ ਸੋਹਣਾ ਲਾਇਆ। ਹਾਂ ਭਾਜੀ, ਆਪਾਂ ਹੁਣ ਫਟਾਫਟ ਸ਼ੁਰੂ ਕਰੀਏ ਮੇਰੇ ਖਿਆਲ ਆਡੀਸ਼ਨ। ਹਾਂ, ਬੱਚੇ ਆਲਰੇਡੀ ਗਰਮੀ 'ਚ ਵੇਟ ਕਰ ਰਹੇ। ਹਾਂ, ਕਰੀਏ ਸ਼ੁਰੂ। ਚਲੋ ਜੀ, ਪਹਿਲਾ ਬੱਚਾ ਭੇਜੋ ਜੀ। ਸਤਿ ਸ਼੍ਰੀ ਅਕਾਲ ਜੀ। ਜਨਾਬ, ਕੀ ਹਾਲ ਨੇ? ਪੂਰੇ ਠੀਕ ਹੈ? ਠੀਕ, ਪੂਰੇ ਠੀਕ ਹੈ। ਕੀ ਸੁਣਾਓਗੇ? ਭਾਜੀ, ਕਮਲ ਖਾਨ ਜੀ ਦਾ ਗਾਣਾ ਤੇਰੇ ਉੱਤੇ ਮਾਣ ਹੈ ਯਾਰਾ। ਤੇਰੇ ਉੱਤੇ ਮਾਣ ਹੈ ਯਾਰਾ ਹੈ, ਜੇ ਤੂੰ ਸਾਨੂੰ ਛੱਡ ਗਿਆ। ਓਹੋ ਵਾਹ ਵਾਹ, ਕੀ ਬਾਤ ਹੈ। ਮੈਂ ਛੱਡਦਾ ਜਹਾਨ ਸਾਰਾ, ਤੂੰ ਬੋਲ ਭਾਵੇਂ ਨਾ ਬੋਲ ਸੱਜਣਾ ਤੇਰੇ ਆ, ਤੂੰ ਬੋਲ ਭਾਵੇਂ ਨਾ ਬੋਲ ਸੱਜਣਾ ਤੇਰੇ ਆ, ਚਾਹੇ ਰਾਹਾਂ ਦੇ ਵਿੱਚ ਰੋ, ਚਾਹੇ ਰਾਹਾਂ ਦੇ ਵਿੱਚ ਰੋ, ਵੇ ਸੱਜਣਾ ਤੇਰੇ ਆ, ਤੂੰ ਬੋਲ ਭਾਵੇਂ ਨਾ ਬੋਲ ਸੱਜਣਾ ਤੇਰੇ ਆ, ਤੂੰ ਬੋਲ ਭਾਵੇਂ ਨਾ ਬੋਲ ਸੱਜਣਾ ਤੇਰੇ ਆ, ਵੇ ਸੱਜਣਾ ਹਣੀਆਂ ਡੋਲਣਾ ਵੇ।
ਇਹ ਗਾਇਕੀ ਹੁੰਦੀ ਹੈ, ਮੈਨੂੰ ਉੱਠਣ ਤੇ ਮਜਬੂਰ ਹੀ ਕਰਤਾ ਇਸ ਮੁੰਡੇ ਨੇ। ਤੂੰ ਬਹੁਤ ਸੋਹਣਾ ਗਾਉਣਾ ਯਾਰ, ਇੱਕ ਗਾਣਾ ਹੋਰ ਸੁਣਾ। ਕੋਈ ਐਸਾ ਥਾਂ ਦੱਸ ਦੇ ਜਿੱਥੇ ਆਦ ਤੇਰੀ ਨਾ ਆਵੇ, ਕੋਈ ਐਸਾ ਥਾਂ ਦੱਸ ਦੇ ਜਿੱਥੇ ਆਦ ਤੇਰੀ ਨਾ ਆਵੇ। ਜੱਗ ਪਾਵੇਂ ਲੱਖ ਵਸਦਾ, ਜੱਗ ਪਾਵੇਂ ਲੱਖ ਵਸਦਾ, ਸਾਨੂੰ ਤੇਰੀ ਯਾਦ ਸਤਾਵੇ ਸਤਾਵੇ। ਐਸਾ ਥਾਂ ਦੱਸ ਦੇ ਜਿੱਥੇ ਆਦ ਤੇਰੀ ਨਾ ਆਵੇ, ਐਸਾ ਥਾਂ ਦੱਸ ਦੇ ਜਿੱਥੇ ਆਦ ਤੇਰੀ ਨਾ ਆਵੇ। ਨੰਦ ਦੇ ਅੰਦਰ ਇੱਕ ਜੋ ਮਾਸੂਮੀਅਤ ਸੀ ਨਾ ਉਹਦੀ ਆਵਾਜ਼ 'ਚ, ਮੈਨੂੰ ਉੱਦਾਂ ਦੀ ਫੀਲਿੰਗ ਜੀ ਆ ਰਹੀ ਇਹਦੀ ਆਵਾਜ਼ 'ਚ। ਥੈਂਕ ਯੂ ਸਰ। ਅਤੇ ਹੁਣ ਇਹ ਮੈਡਲ ਆਪਾਂ ਤੇਰੇ ਵੱਲ ਟ੍ਰਾਂਸਫਰ ਕਰਨਾ, ਇੱਧਰ ਸਿਰ ਨਾਲ ਸਿਰ ਜੋੜ ਤੂੰ ਹੁਣ। ਆਓ ਜੀ ਨੈਕਸਟ ਬੱਚਾ। ਸਤਿ ਸ਼੍ਰੀ ਅਕਾਲ, ਮੈਂ ਹਰਨੂਰ ਕੌਰ, ਲੁਧਿਆਣਾ ਦੀ ਰਹਿਣ ਵਾਲੀ ਹਾਂ। ਮੈਨੂੰ ਗਾਉਣ ਦਾ ਬਹੁਤ ਸ਼ੌਂਕ ਹੈ, ਮੈਂ ਬਚਪਨ ਤੋਂ ਹੀ ਗਾਉਂਦੀ ਆ ਰਹੀ ਹਾਂ। ਮੇਰੇ ਮੰਮਾ ਮਿਊਜ਼ਿਕ ਦੇ ਟੀਚਰ ਹੈ ਸਕੂਲ ਵਿੱਚ, ਤਾਂ ਉਹਨਾਂ ਤੋਂ ਹੀ ਮੈਂ ਸਿੱਖਿਆ। ਇਸ ਤੋਂ ਇਲਾਵਾ ਮੈਨੂੰ ਚੋਕਲੇਟਸ, ਆਈਸਕ੍ਰੀਮ ਬਹੁਤ ਪਸੰਦ ਹੈ। ਮਿਊਜ਼ਿਕ ਤਾਂ ਬਸ ਮੇਰੀ ਜਾਨ ਹੀ ਹੈਗੀ ਹੈ, ਮੈਂ ਮਿਊਜ਼ਿਕ ਤੋਂ ਬਿਨਾਂ ਨਹੀਂ ਰਹਿ ਸਕਦੀ। ਇਸ ਆਡੀਸ਼ਨ 'ਚ ਵਿੱਚ ਵੀ ਮੈਂ ਮਿਊਜ਼ਿਕ ਲਈ ਆਈ ਹਾਂ, ਆਪਣੇ ਪਾਪਾ ਮੰਮਾ ਦਾ ਸੁਪਨਾ ਪੂਰਨ ਕਰਨ, ਅਤੇ ਮੈਂ ਜਿੱਤ ਕੇ ਹੀ ਜਾਵਾਂਗੀ। ਕੀ ਸੁਣਾ ਰਹੇ ਹੋ? ਮੈਂ ਸੁਣਾਵਾਂਗੀ ਹੁਣ ਨਹੀਂ ਜੀਣਾ, ਹਰਸ਼ਦੀਪ ਜੀ ਦਾ। ਓਕੇ ਜੀ, ਪਲੀਜ਼। ਤੰਗ ਸਜਣ ਦੀ ਹਰ ਦਮ ਰਹਿੰਦੀ, ਕਲੀਆਂ ਰਾਤਾਂ ਦਿਲ ਨੂੰ ਰੁਲਾਉਂਦੀਆਂ। ਹੁਣ ਨਹੀਂ ਜੀਣਾ ਤੇਰੇ ਬਿਨਾਂ ਉਹ ਸਜਣਾ, 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 ਸਜਣਾ ਸਜਣਾ। ਵੈਰੀ ਨਾਈਸ, ਕੁਛ ਹੋਰ ਸੁਣਾ ਸਕਦੇ ਹੋ ਤੁਸੀਂ? ਤੇਰੀਆਂ ਮੁਹੱਬਤਾਂ, ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ, ਦੱਸ ਕੀ ਕਰਾਂ। ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ, ਦੱਸ ਕੀ ਕਰਾਂ। ਅੱਖ ਦੇ ਇਸ਼ਾਰੇ ਨਾਲ ਦਿਲ ਲੁੱਟਿਆ, ਦੱਸ ਕੀ ਕਰਾਂ। ਮੈਨੂੰ ਲੱਗਦਾ ਤੁਸੀਂ ਹਿੰਦੀ ਗਾਣੇ ਜ਼ਿਆਦਾ ਸੁਣਦੇ ਹੋ। ਹਾਂਜੀ, ਉਹ ਟੋਨ ਹੀ ਦੱਸ ਰਿਹਾ। ਹਾਂ, ਜੋ ਤੁਹਾਡਾ ਸਟਾਈਲ ਆਫ ਸਿੰਗਿੰਗ ਹੈ, ਬਟ ਮੈਨੂੰ ਇਹ ਵੀ ਲੱਗਦਾ ਕਿ ਤੁਸੀਂ ਸਿੱਖਦੇ ਵੀ ਹੋ। ਹਾਂਜੀ। ਕਿੰਨਾ ਤੋਂ ਸਿੱਖਦੇ ਹੋ? ਮੇਰੇ ਮੰਮਾ ਮਿਊਜ਼ਿਕ ਟੀਚਰ ਨੇ। ਅੱਛਾ, ਮੰਮਾ ਮਿਊਜ਼ਿਕ ਟੀਚਰ ਨੇ, ਦੈਟਸ ਗੁੱਡ। ਪੁੱਤਰ, ਪਰ ਤੁਸੀਂ ਜੇ ਅੱਗੇ ਲੈ ਕੇ ਜਾਵਾਂਗੇ, ਤੁਸੀਂ ਪੰਜਾਬੀ ਗਾਣੇ ਯਾਦ ਕਰਕੇ ਗਾ ਸਕਦੇ ਹੋ? ਹਾਂਜੀ ਪੱਕਾ? ਪਾਪਾ ਨਾਲ ਆਏ? ਪਾਪਾ ਹੈਗੇ ਹੈ? ਭੇਜੋ ਜੀ ਬੱਚੇ ਦੇ ਪਾਪਾ ਨੂੰ, ਹਰਨੂਰ ਦੇ ਪਾਪਾ ਨੂੰ ਭੇਜੋ ਜੀ। ਸਤਿ ਸ਼੍ਰੀ ਅਕਾਲ ਸਰ, ਆ ਜਾਓ ਨਾਲ ਹੀ ਆ ਜਾਓ ਉੱਥੇ। ਹਾਂਜੀ ਭਾਜੀ, ਪਲੇ ਦੱਸੋ ਵੀ ਤੁਸੀਂ ਵੀ ਗਾਉਣ ਦਾ ਸ਼ੌਂਕ ਰੱਖਦੇ ਹੋ? ਮੈਂ ਤਾਂ ਸਿਰਫ ਲੋਕਾਂ ਨੂੰ ਠੰਡੀ ਠੰਡੀ ਆਈਸਕ੍ਰੀਮ ਕੁਲਫੀਆਂ ਖਵਾਉਣਾ। ਨਹੀਂ ਭਾਜੀ, ਉਹ ਵੀ ਵੱਡੀ ਗੱਲ ਹੈ ਜੀ, ਕੰਮ ਕਰਨਾ ਕੰਮ ਤਾਂ ਸਾਡੇ ਸਾਡੇ ਲਈ ਆਈਸਕ੍ਰੀਮ ਲੈ ਕੇ ਆਣੀ ਚਾਹੀਦੀ ਸੀ। ਅਗਲੀ ਵਾਰ ਲੈ ਆਵਾਂਗੇ। ਪੱਕਾ? ਇੱਕ ਮੈਡਲ ਨਾ ਭਾਜੀ ਨੂੰ ਦੇ ਦਿਓ ਭਾਜੀ, ਮੈਡਲ ਭਾਜੀ ਭਾਜੀ ਹੀ ਪਾਣਗੇ ਐਕਚੁਅਲੀ। ਹਾਂ, ਤੁਸੀਂ ਹੁਣ ਅਗਲੇ ਰਾਊਂਡ 'ਚ ਫਿਰ ਬਹੁਤ ਅੱਛੀ ਤਿਆਰੀ ਕਰਨੀ ਪੈਣੀ ਬੇਟਾ। ਹੁਣ ਤੱਕ ਮੈਨੂੰ ਇਹ ਸਭ ਤੋਂ ਜ਼ਿਆਦਾ ਡਿਫਰੈਂਟ ਵੋਕਲ ਲੱਗਦੀ ਹੈ। ਹਾਂ, ਇਹਦਾ ਸਟਾਈਲ ਆਫ ਸਿੰਗਿੰਗ ਬਹੁਤ ਡਿਫਰੈਂਟ, ਡਿਫਰੈਂਟ ਵੋਕਲ ਬੜੀ ਡਿਫਰੈਂਟ। ਥੈਂਕ ਯੂ ਸਰ, ਗੋਡ ਬਲੈਸ ਯੂ, ਗੋਡ ਬਲੈਸ ਯੂ, ਥੈਂਕ ਯੂ ਸੋ ਮਚ, ਗੋਡ ਬਲੈਸ ਯੂ। ਆਓ ਜੀ ਅਗਲਾ ਬੱਚਾ। ਆਓ ਜੀ। ਪਿਆਰੇ ਦਾ ਤੂੰ ਮਾਨ ਮੇਰੇ ਵਾਨਾ ਰੱਖ ਲੈ, ਜਾਂ ਸਾਡੇ ਵੱਲੋਂ ਦਿਲ ਨਜ਼ਰਾਨਾ ਰੱਖ ਲੈ, ਸਾਡੇ ਵੱਲੋਂ ਦਿਲ ਨਜ਼ਰਾਨਾ ਰੱਖ ਲੈ। ਪਿਆਰੀ ਦਾ ਤੂੰ ਮਾਨ ਮੇਰੀ ਵਾਨਾ ਰੱਖ ਲੈ,
ਜਾ ਸਾਡੇ ਵੱਲੋਂ ਦਿਲ ਨਜ਼ਰਾਨਾ ਰੱਖ ਲੈ, ਸਾਡੇ ਵੱਲੋਂ ਦਿਲ ਨਜ਼ਰਾਨਾ ਰੱਖ ਲੈ। ਲਾਰਾ ਲਾਈ ਰੱਖਾਂਗੀ ਮੈਂ ਅੱਖਾਂ ਨੂੰ ਦੀਦਾਰ ਦਾ। ਯੇ ਵੈਰੀ ਗੁੱਡ, ਕੀ ਬਾਤ ਹੈ। ਲੁਧਿਆਣਾ ਸ਼ਹਿਰ ਵਾਕਈ ਜੀ ਇਹਨੂੰ ਸਹੀ ਕਹਿੰਦੇ ਨੇ ਕਿ ਇਹਨਾਂ ਦੀ ਫਿਜ਼ਾਵਾਂ ਵਿੱਚ ਸੰਗੀਤ ਹੈ, ਇਸੇ ਕਰਕੇ ਇੰਨੇ ਬੱਚੇ ਇੱਥੋਂ ਮੈਡਲ ਜਿੱਤ ਕੇ ਲੈ ਕੇ ਜਾ ਰਹੇ ਨੇ। ਮੁਬਾਰਕਾਂ ਵੀ ਤੈਨੂੰ ਵੀ, ਮੁਬਾਰਕਾਂ ਜੀ। ਇਹ ਭਰਾ ਨੇ, ਚਲੋ ਫਿਰ ਬਹੁਤ ਬਹੁਤ ਮੁਬਾਰਕਾਂ, ਤਿਆਰੀ ਕਰਕੇ ਆਇਆ ਫਿਰ ਹੁਣ, ਠੀਕ ਹੈ? ਓਕੇ ਦੋਸਤੋ, ਲੁਧਿਆਣਾ ਸ਼ਹਿਰ ਦੇ ਆਡੀਸ਼ਨ ਸ਼ੁਰੂ ਹੋ ਚੁੱਕੇ ਨੇ। ਬਹੁਤ ਸਾਰੇ ਬੱਚੇ ਨੂੰ ਮੈਗਾ ਆਡੀਸ਼ਨ ਦੇ ਟਿਕਟ ਮਿਲ ਚੁੱਕੀ ਹੈ ਤੇ ਬਹੁਤ ਸਾਰੇ ਬੱਚੇ ਆਪਣੀ ਵਾਰੀ ਦੀ ਉਡੀਕ ਕਰ ਰਹੇ, ਕਿਉਂਕਿ ਇਹ ਬੱਚੇ ਸਾਬਿਤ ਕਰਨਾ ਚਾਹੁੰਦੇ ਨੇ ਕਿ ਅਸੀਂ ਕਿਸੇ ਤੋਂ ਘੱਟ ਨਹੀਂ ਜੀ। ਅਸੀਂ ਉਮਰ ਦੇ ਕੱਚੇ ਆ, ਬੱਚੇ ਹਾਂ ਦਿਲੋਂ ਸੱਚੇ ਆ, ਰਾਣਾ ਲਾਈ ਆਰੀਆ ਸਾਡੀ ਫੁੱਲ ਤਿਆਰੀਆ, ਹੁਣ ਬੱਚਿਆਂ ਦੀ ਵਾਰੀ ਆ ਸਾਡੀ ਫੁੱਲ ਤਿਆਰੀਆ, ਹੁਣ ਬੱਚਿਆਂ ਦੀ ਵਾਰੀ ਆ ਸਾਡੀ ਫੁੱਲ ਤਿਆਰੀਆ, ਹੁਣ ਬੱਚਿਆਂ ਦੀ ਵਾਰੀ ਆ। ਮੈਂ ਕਿਹਾ ਜੀ ਬੱਚਿਓ ਤੁਹਾਡੀ ਵਾਰੀ ਜ਼ਰੂਰ ਆਏਗੀ, ਜ਼ਰੂਰ ਆਏਗੀ, ਪਰ ਵੇਲਾ ਹੋ ਗਿਆ ਕਿ ਛੋਟੀ ਜੀ ਬ੍ਰੇਕ ਦਾ, ਠੀਕ ਹੈ ਜੀ? ਦੋਸਤੋ ਬਣੇ ਰਹਿਣਾ, ਮਿਲਦੇ ਫਿਰ ਆਪਾਂ ਬ੍ਰੇਕ ਤੋਂ ਬਾਅਦ। ਤੇਰੇ ਬਿਨਾਂ ਯੋ ਸਜਣਾ ਹੁਣੇ ਨਹੀਂ ਜੀਣਾ। ਪੁੱਤਰ ਪਹਿਲਾਂ ਕੀ ਕਮੀ ਰਹਿ ਗਈ ਸੀ ਪਿਛਲੇ ਸਾਲ, ਕਿੱਥੇ ਤੱਕ ਗਏ ਸੀ ਤੁਸੀਂ ਸਰ? ਸੈਮੀਫਾਈਨਲ। ਫਿਰ ਉੱਥੇ ਕਿਉਂ ਤੁਸੀਂ ਰਹਿ ਗਏ ਸੀ? ਮੈਂ ਗਾਣਾ ਭੁੱਲ ਗਈ ਸੀ ਸਰ। ਉਹ ਚੀਜ਼ ਤੁਹਾਡੇ ਅੰਦਰ ਹੁਣ ਵੀ ਦਿਸ ਰਹੀ ਹੈ? ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸੁਰਾਂ ਦੇ ਇਸ ਮਹਾ ਸੰਗਰਾਮ ਵਿੱਚ। ਨਾਮ ਹੈ ਜਿਸਦਾ ਅਮੁਲ ਪ੍ਰੈਜੈਂਟਸ ਵੌਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ 4। ਦੋਸਤੋ ਸਾਡੇ ਸ਼ੋਅ ਦੇ ਕੋ ਪ੍ਰੈਜੈਂਟਰ ਨੇ ਕੋਲਗੇਟ ਸਟਰੋਂਗ ਟੀਥ ਐਂਡ ਪਤੰਜਲੀ ਹਰਬਰ ਪਾਵਰ ਵਿਟਾ, ਪਾਵਰਡ ਬਾਏ ਗੁੱਡ ਨਾਈਟ ਐਡਵਾਂਸ ਐਕਟਿਵ ਪਲੱਸ ਐਂਡ ਲਾਈਫ ਬਾਏ। ਦੋਸਤੋ ਇਹਨਾਂ ਬੱਚਿਆਂ ਦੀਆਂ ਅੱਖਾਂ ਵਿੱਚ ਖੁਆਬ ਹੈ ਵੌਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ 4 ਬਣਨ ਦਾ ਅਤੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦਾ ਅਤੇ ਸ਼ੋਹਰਤ ਦੀ ਬੁਲੰਦੀਆਂ ਨੂੰ ਛੂਹਣ ਦਾ। ਪਰ ਇਹਨਾਂ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਵਾਲਾ ਰਸਤਾ ਬਹੁਤ ਹੀ ਲੰਬਾ ਹੈ, ਪਰ ਇਸ ਲੰਬੇ ਰਸਤੇ ਵਿੱਚ ਆਪਾਂ ਮਸਤੀ ਕਰਦੇ ਰਹਾਂਗੇ, ਖੇਡਦੇ ਰਹਾਂਗੇ। ਇਸੇ ਕਰਕੇ ਜੀ ਮੈਂ ਇੱਕ ਗੇਮ ਖੇਡਣ ਜਾ ਰਿਹਾ ਇਹਨਾਂ ਬੱਚਿਆਂ ਦੇ ਨਾਲ। ਮੇਰੇ ਹੱਥ ਦੇ ਵਿੱਚ ਹੈਗਾ ਜੀ ਇਹ ਗਿਫਟ ਅਤੇ ਇਹ ਗਿਫਟ ਮੈਂ ਦਊਂਗਾ ਕਿਸੇ ਇੱਕ ਬੱਚੇ ਨੂੰ ਇਹਨਾਂ 8 ਬੱਚਿਆਂ ਦੇ ਵਿੱਚੋਂ। ਮੈਂ ਕਰ ਲਏ ਨੇ ਜੀ 8 ਬੱਚੇ ਸਿਲੈਕਟ, ਗੇਮ ਖੇਡੂੰਗਾ ਇਹਨਾਂ ਦੇ ਨਾਲ ਅਤੇ ਇਸ ਗੇਮ ਦਾ ਨਾਮ ਹੈ ਜੀ ਜੰਪਿੰਗ ਚੈਂਪਸ। ਕੀ ਨਾਮ ਹੈ? ਜੰਪਿੰਗ ਚੈਂਪਸ। ਰੈਡੀ ਹੋ? ਹੁਣ ਰੂਲਸ ਕੀ ਨੇ ਇਹਨਾਂ ਨੂੰ ਮੈਂ ਦੱਸਦਾ ਅਤੇ ਤੁਹਾਨੂੰ ਮੈਂ ਦੱਸਦਾ। ਰੂਲ ਇਹ ਹੈ ਕਿ ਤੁਸੀਂ ਡੱਡੂ ਛੜੱਪੀ ਵਾਂਗੂ ਜਾਣਾ, ਠੀਕ ਹੈ ਜੀ? ਇੱਦਾਂ ਬਹਿ ਗਏ, ਉਸ ਤੋਂ ਬਾਅਦ ਡੱਡੂ ਛੜੱਪੀ ਵਾਂਗੂ ਜਾਣਾ, ਕਿੱਦਾਂ ਰਾਈਟ? ਉਸ ਤੋਂ ਬਾਅਦ ਉਹ ਤੁਸੀਂ ਲਾਈਨ ਦੇਖ ਸਕਦੇ ਹੋ, ਉਹ ਰਹੀ ਲਾਈਨ ਚਿੱਟੇ ਰੰਗ ਦੀ, ਠੀਕ ਹੈ? ਅਤੇ ਡੱਡੂ ਛੜੱਪੀ ਮਾਰਦੇ 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 ਉਸ ਲਾਈਨ ਨੂੰ ਪੈਰ ਨਾਲ ਛੂ ਕੇ ਫਿਰ ਵਾਪਸ ਆਉਣਾ, ਅਤੇ ਜਿਹੜਾ ਬੱਚਾ ਸਭ ਤੋਂ ਪਹਿਲਾਂ ਮੇਰੇ ਕੋਲ ਪਹੁੰਚ ਜਾਏਗਾ ਉਹਨੂੰ ਮੈਂ ਗਿਫਟ ਦੇ ਦੂੰਗਾ ਅਤੇ ਉਹ ਹੋਏਗਾ ਇਸ ਗੇਮ ਦਾ ਵਿਨਰ। ਹੋ ਜਾਓ ਫਿਰ ਰੈਡੀ, ਬੈਠੋ, ਟੇਕ ਯੂਅਰ ਪੋਜੀਸ਼ਨਸ, ਰੈਡੀ ਹੋ? 1 2 3 ਗੋ! ਯੈਸ, ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ, ਕਮ ਔਨ, ਵਾਪਸ 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 ਆ ਚੱਕ। ਇਹ ਹੈ ਜੀ ਮੁੰਡਾ ਵਿਨਰ, ਜ਼ੋਰਦਾਰ ਤਾੜੀਆਂ ਇਸਦੇ ਵਾਸਤੇ। ਇਹ ਹੈ ਜੀ ਇਸ ਗੇਮ ਦਾ ਵਿਨਰ ਅਤੇ ਇਹਦਾ ਮੈਂ ਪੁੱਛੂੰਗਾ ਨਾਮ, ਆ ਫੜੋ। ਨਾਮ ਕੀ ਹੈ ਤੁਹਾਡਾ? ਮੇਰਾ ਨਾਮ ਰਜ਼ਾਕ ਹੈ ਜੀ। ਰਜ਼ਾਕ, ਰਜ਼ਾਕ ਕਿੱਥੋਂ ਆਏ ਹੋ ਤੁਸੀਂ? ਮੈਂ ਪੁਨਾਲ ਤੋਂ, ਪੁਨਾਲ ਦਾ ਰਹਿਣ ਵਾਲਾ ਹਾਂ ਅਤੇ ਮੇਰਾ ਪਿੰਡ ਧੂਰੀ ਲਾਗੇ ਪੈਂਦਾ। ਲੈ ਫਿਰ ਮੁੰਡਿਆ, ਇਹ ਹੈਗਾ ਮੇਰੇ ਵੱਲੋਂ ਗਿਫਟ, ਜ਼ੋਰਦਾਰ ਤਾੜੀਆਂ ਇਸ ਬੱਚੇ ਵਾਸਤੇ। ਵੈਰੀ ਗੁੱਡ, ਆਪਾਂ ਚੱਲਦੇ ਜੀ ਆਡੀਸ਼ਨ ਹਾਲ ਦੇ ਅੰਦਰ ਅਤੇ ਜਿਹੜੇ ਬੱਚੇ ਇੱਥੇ ਆਡੀਸ਼ਨਸ ਦੇ ਰਹੇ ਨੇ ਦੇਖਦੇ ਹਾਂ ਉਹਨਾਂ ਦੇ ਵਿੱਚੋਂ ਕਿਹੜੇ ਕਿਹੜੇ ਬੱਚਿਆਂ ਨੂੰ ਮਿਲ ਰਹੇ ਨੇ ਮੈਡਲ ਹੈਗਾ ਆਡੀਸ਼ਨਸ ਵਾਸਤੇ। ਆਓ ਜੀ ਨੈਕਸਟ। ਸ੍ਰੀਕਾਲ, ਮੇਰਾ ਨਾਮ ਸਮੀਤ ਹੈ। ਸਿੰਗਿੰਗ ਦੇ ਨਾਲ ਨਾਲ ਮੈਂ ਪੜ੍ਹਾਈ ਵੀ ਕਰਦਾ, ਪੜ੍ਹਾਈ ਤੋਂ ਬਾਅਦ ਮੈਂ ਰਿਆਜ਼ ਕਰਨ ਜਾਂਦਾ। ਮੇਰੇ ਪਾਪਾ ਇੱਕ ਸਿੰਗਰ ਸੀ, ਜਦੋਂ ਡੈਡੀ ਦੇ ਡੈਥ ਹੋਈ ਘਰ ਦੇ ਹਾਲਾਤ ਸਾਡੇ ਮਾੜੇ ਹੋ ਗਏ। ਡੈਡੀ ਡੈਥ ਹੋਣ ਕਾਰਨ ਮੰਮਾ ਬਹੁਤ ਦੁਖੀ ਹੋ ਗਈ, ਤਾਂ ਮੈਂ ਰੱਬ ਅੱਗੇ ਹੀ ਦੁਆ ਕਰਦਾ ਇੱਕ ਸਿੰਗਰ ਬਣਾ, ਉਹਨਾਂ ਦੀ ਝੋਲੀ ਖੁਸ਼ੀਆਂ ਪਾ ਸਕਾਂ। ਮੇਰੇ ਗੁਰੂ ਜੀ ਦਾ ਨਾਂ ਸੁਖਦੀਪ ਕਾਰੂ ਹੈ, ਉਹ ਬੜੇ ਪਿਆਰ ਨਾਲ ਦੱਸਦੇ ਨੇ, ਮੈਂ ਉਹਨਾਂ ਦਾ ਦਿਨ ਕਦੇ ਨਹੀਂ ਦੇ ਸਕਦਾ।
ਮੈਂ ਹੱਥ ਜੋੜਾਂ ਤੇ ਉਹ ਦਿਲ ਤੋੜੇ। ਵੈਰੀ ਗੁੱਡ ਬੇਟਾ, ਸੁਣ ਸੁਣ ਸੁਣ, ਹੋਰ ਕੋਈ ਗਾਣਾ ਸੁਣਾ। ਸ਼ੇਰ ਨਹੀਂ, ਅਲਾਪ ਨਹੀਂ, ਕੁਛ ਨਹੀਂ, ਸਿੱਧਾ ਗਾਣਾ। ਹੋ ਬੋਲ ਮਿੱਟੀ ਦਿਆ ਬਾਵਿਆ, ਤੇਰੇ ਦੁੱਖਾਂ ਨੇ ਮਾਰ ਮੁਕਾ ਲਿਆ, ਮੇਰਾ ਸੋਹਣਾ ਮਾਹੀ ਆ ਜਾ। ਹੋ 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 ਗਲ ਵਿੱਚ ਮੇਰੇ ਟੋਲਣਾ, ਗਲ ਵਿੱਚ ਮੇਰੇ ਟੋਲਣਾ। ਉਹ ਮੈਡਲ ਪੈਂਦੇ ਗਰਾਰੀਆਂ ਕੈਸੀਆਂ ਵੱਜਣੀਆਂ ਸ਼ੁਰੂ ਮੁਬਾਰਕਾਂ ਵੀ। ਕਿੱਥੋਂ ਆਇਆ ਤੂੰ? ਮੈਂ ਮੋਗਾ ਜ਼ਿਲ੍ਹਾ ਤੋਂ। ਮੋਗੇ ਜ਼ਿਲ੍ਹੇ ਤੋਂ? ਕਿਹੜਾ ਪਿੰਡ ਹੈ? ਧਰਮਕੋਟ। ਧਰਮਕੋਟ ਤੋਂ ਆਇਆ, ਵੈਰੀ ਗੁੱਡ। ਤੇ ਇੱਥੇ ਘਰੋਂ ਕੌਣ ਆਇਆ ਤੇਰੇ ਨਾਲ? ਮੇਰੇ ਚਾਚੂ ਜੀ। ਚਾਚੂ ਜੀ ਕਿੱਥੇ ਆ? ਆਓ ਚਾਚੂ ਜੀ। ਹਾਂ, ਇਹ ਚਾਚੂ ਚਾਚੂ ਜੀ ਘੱਟ ਹੀਰੋ ਜ਼ਿਆਦਾ ਲੱਗ ਰਹੇ ਨੇ। ਅਤੇ ਹੁਣ ਫਿਰ ਮੈਗਾ ਆਡੀਸ਼ਨ ਦੀ ਤਿਆਰੀ ਕਰਨੀ ਹੋਰ, ਠੀਕ ਹੈ? ਕਿਉਂਕਿ ਅੱਗੇ ਹੋਰ ਟਫ ਕੰਪੀਟੀਸ਼ਨ ਹੋਣਾ। ਠੀਕ ਹੈ, ਚਲੋ ਮੁਬਾਰਕਾਂ ਫਿਰ। ਆਓ ਜੀ ਅਗਲਾ ਬੱਚਾ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੰਸ਼, ਕੀ ਸੁਣਾ ਰਹੇ ਹੋ? ਹਾਂਜੀ ਤੁਹਾਡਾ ਹੀ ਗਾਣਾ ਜੀ। ਹਾਂਜੀ ਤੁਹਾਡਾ ਕਿਹੜਾ ਗਾਣਾ ਜੀ? ਮਾਂ ਦਾ ਗਾਣਾ। ਹਾਂਜੀ ਚਲੋ ਸੁਣਾ। ਮੈਂ ਕਿਵੇਂ ਭੁਲਾਵਾਂ ਪਿਆਰ ਤੇਰਾ, ਤੇਰੀ ਮਮਤਾ ਅਤੇ ਦੁਲਾਰ ਤੇਰਾ। ਮੈਂ ਕਿਵੇਂ ਭੁਲਾਵਾਂ ਪਿਆਰ ਤੇਰਾ, ਤੇਰੀ ਮਮਤਾ ਅਤੇ ਦੁਲਾਰ ਤੇਰਾ। ਖੁਦ ਚੱਲਦੀ ਰਹੀ ਤੱਤੀਆਂ ਹਵਾਵਾਂ, ਮੈਨੂੰ ਕਰਕੇ ਠੰਡੜੀ ਛਾਂ, ਹਰ ਜਨਮ ਦਿਨ ਨੀਂਦ ਸਕਦਾ ਤੇਰੇ ਅਹਿਸਾਨਾਂ ਦਾ ਮਾਂ। ਜਾਗਰਨ ਕਰਦਾ ਤੂੰ? ਸਰ ਇੱਕ ਅੱਧੀ ਵਾਰ ਗਿਆ ਸੀਗਾ। ਇੱਕ ਅੱਧੀ ਵਾਰ ਗਿਆ ਸੀ? ਮੰਮਾ ਭੇਟਾ ਲਵਾ ਦਿੰਦੇ ਹੁੰਦੇ ਸੀ। ਮੰਮਾ ਭੇਟਾ ਲਵਾ ਦਿੰਦੇ ਹੁੰਦੇ? ਹਾਂਜੀ। ਅੱਛਾ, ਮੰਮੀ ਨੂੰ ਬਹੁਤ ਪਿਆਰ ਕਰਦਾ? ਹਾਂਜੀ। ਹੈਂ? ਹਾਂਜੀ। ਇੱਕ ਗਾਣਾ ਹੋਰ ਸੁਣਾ ਦੇ। ਕਵਾਲੀ ਸੁਣਾ? ਕਵਾਲੀ ਸੁਣਾ ਨਾ, ਸੁਣਾ। ਕਾਲੇ ਕੱਪੜੇ ਪਾਏ ਹੋਏ ਨੇ ਇਹਨਾਂ, ਤੈਨੂੰ ਲੁੱਟ ਲੈਣਾ ਜਿਹੜੇ ਆਪਣੇ ਬਣਾਏ ਹੋਏ ਨੇ। ਬੈਠਾ ਹੋਵੇ ਜੇ ਸਾਹਮਣੇ ਅਣਮੁਰਸ਼ਦ, ਤੇ ਮੈਂ ਆਪਣੀ ਗਰਤ ਨੂੰ ਉਠਾ ਨਹੀਂ ਸਕਦਾ। ਮਿਲੀਆਂ ਦਰ ਤੇਰੇ ਤੋਂ ਖੁਸ਼ੀਆਂ ਬੇਸ਼ੁਮਾਰ ਸਾਈਆਂ। ਲੈ ਵੀ ਸ਼ੇਰ ਦਰ ਕਿ ਤੂੰ ਨੈਕਸਟ ਰਾਊਂਡ ਦੇ ਵਿੱਚ ਹੋਰ ਮਿਹਨਤ ਕਰਕੇ ਆਣੀ ਵਧੀਆ ਤਰੀਕੇ ਨਾਲ, ਠੀਕ ਹੈ? ਤੇ ਬਹੁਤ ਜ਼ਿਆਦਾ ਪਿਆਰ, ਠੀਕ ਹੈ? ਗੋਡ ਬਲੈਸ ਯੂ। ਤੈਨੂੰ ਬੜਕ ਮਾਰਨੀ ਆਉਂਦੀ ਹੈ? ਹਾਂਜੀ ਬੜਕ। ਬੜਕ ਬੁਰਾ ਕਰ ਮਾਰ ਮਾਈਕ 'ਚ। ਰਰੀ ਬੁਰਰ ਬੁਰਰਾ ਬੁਰਰਾ ਤਾਂ ਕਰ ਜਾ ਭੱਜ ਜਾ। ਆ ਗਈ ਜੀ। ਹੈਂ? ਇਹ ਦੱਸ ਫਿਰ ਕਿਹੋ ਜਿਹਾ ਐਕਸਪੀਰੀਅੰਸ ਰਿਹਾ? ਹਾਂਜੀ ਵਧੀਆ। ਪਹਿਲੇ ਗਾਣੇ ਤੇ ਤਾਂ ਮੈਂ ਥੋੜਾ ਜਿਹਾ ਘਬਰਾ ਗਿਆ ਸੀ। ਅੱਛਾ, ਦੂਜੇ ਤੇ ਮੇਰੇ ਬਾਬੇ ਨੇ ਕਿਰਪਾ ਕਰਤੀ। ਆ ਵੈਰੀ ਗੁੱਡ। ਆਗੇ ਜੱਜ ਉੱਠ ਕੇ ਮੈਡਲ ਵਾਤਾ। ਤੇ ਇਹ ਕਿਹਨਾਂ ਨੇ ਦਿੱਤਾ ਫਿਰ ਇਹ? ਹਾਂਜੀ ਕਮਲ ਜੀ ਨੇ। ਕਮਲ ਭਾਈ ਨੇ? ਹਾਂਜੀ। ਇਹ ਵੈਸੇ ਕਿਸੇ ਨੂੰ ਮਿਲਦਾ ਨਹੀਂਗਾ, ਤੂੰ ਰੇਅਰ ਬੱਚਾ ਹੈ ਕਿ ਦੋ ਚੀਜ਼ਾਂ ਲੈ ਕੇ ਜਾ ਰਹੇ ਹਾਂ ਇੱਥੇ। ਹਾਂਜੀ ਮੁਬਾਰਕਾਂ ਜੀ। ਸੋ ਮੁੰਡਾ ਇੱਥੇ ਲੈ ਕੇ ਜਾ ਰਿਹਾ ਮੈਡਲ ਮੈਗਾ ਆਡੀਸ਼ਨ ਦਾ। ਸੋ ਬਾਬਾ ਮੁਬਾਰਕਾਂ, ਹੋਰ ਮਿਹਨਤ ਕਰਾਇਓ ਫਿਰ ਮੈਗਾ ਆਡੀਸ਼ਨ ਵਾਸਤੇ, ਠੀਕ ਹੈ ਜੀ? ਨੈਕਸਟ। ਪਿਛਲੇ ਸਾਲ ਆਈ ਸੀ, ਉਸ ਤੋਂ ਪਿਛਲੇ ਸਾਲ ਵੀ ਆਈ ਸੀ। ਮੁੜ ਮੁੜ ਕੇ ਤੁਸੀਂ ਆ ਜਾਂਦੇ ਹੋ, ਛੋਟਾ ਚੈਂਪ ਦਿਲ ਨਹੀਂ ਲੱਗਦਾ ਤੁਹਾਡਾ ਵੀ? ਮੈਨੂੰ ਲੱਗਦਾ ਨਹੀਂ ਸਰ, ਹੈ ਨਾ?
ਕੀ ਉਮੀਦ ਲੈ ਕੇ ਆਏ ਹੋ ਬਲਦਾ ਇਹ ਦੱਸੋ ਜਿਵੇਂ ਤੁਸੀਂ ਪਿਛਲੀਆਂ ਜੋ ਵੀ ਕਮੀਆਂ ਦੱਸੀਆਂ ਸੀ ਤੁਹਾਡੇ ਕਰਕੇ ਇੰਪਰੂਵ ਹੋਈਆਂ ਨੇ ਕੀਤੀਆਂ ਇੰਪਰੂਵ ਹਾਂਜੀ ਹਾਂ ਬਈ ਪਰਮਿੰਦਰ ਸਿੰਘ ਕਿਦਾਂ ਵਧੀਆ ਜੀ ਠੀਕ ਹੈ ਹਾਂਜੀ ਹਾਂ ਹੁਣ ਤਾਂ ਤੇਰੀ ਆਵਾਜ਼ ਵੀ ਚੇਂਜ ਹੀ ਹੋਣ ਲੱਗ ਗਈ ਮੈਨੂੰ ਲੱਗਦਾ ਵਧੀਆ ਜਿਹਾ ਗਾਓ ਤੇ ਕੁਆਲੀਫਾਈ ਕਰ ਜਾਓ ਢੋਲਣਾ ਜ਼ਰਾ ਮੁਖੜੇ ਦੀ ਚਾਬੀ ਉਰਾ ਕਰਵੇ ਉਰਾ ਕਰਵੇ ਮੈਂ ਦਿਲ ਵਾਲਾ ਬੂਹਾ ਖੋਲਣਾ ਢੋਲਣਾ ਵੇ ਢੋਲਣਾ ਕ੍ਰਿਸ਼ਨਾ ਤੇਰੀ ਮੁਰਲੀ ਤੇ ਪਲਕਾਂ ਨੀ ਨੱਚਦਾ ਕ੍ਰਿਸ਼ਨਾ ਤੇਰੀ ਮੁਰਲੀ ਤੇ ਪਲਕਾਂ ਨੀ ਨੱਚਦਾ ਨਾ ਜਾਇਓ ਵੇ ਲੋਕੋ ਨਾ ਜਾਇਓ ਪਰਦੇਸ ਉੱਥੇ ਨੀ ਮਾਂ ਲੱਭਣੀ ਹੁਣ ਨਹੀਂ ਜੀਣਾ ਤੇਰੇ ਬਿਨਾਂ ਓ ਸਜਣਾ ਹੁਣ ਨਹੀਂ ਜੀਣਾ ਤੇਰੇ ਬਿਨਾਂ ਓ ਸਜਣਾ ਹੁਣ ਨਹੀਂ ਜੀਣਾ ਤੇਰੇ ਬਿਨਾਂ ਓ ਸਜਣਾ ਹੁਣ ਨਹੀਂ ਜੀਣਾ ਪੁੱਤਰ ਪਹਿਲਾਂ ਕੀ ਕਮੀ ਰਹਿ ਗਈ ਸੀ ਪਿਛਲੇ ਸਾਲ ਕਿੱਥੇ ਤੱਕ ਗਏ ਸੀ ਤੁਸੀਂ ਸਰ ਸੈਮੀ ਫਾਈਨਲ ਫਿਰ ਉੱਥੇ ਕਿਉਂ ਤੁਸੀਂ ਰਹਿ ਗਏ ਸੀ ਮੈਂ ਗਾਣਾ ਭੁੱਲ ਗਈ ਸੀ ਸਰ ਉਹ ਚੀਜ਼ ਤੁਹਾਡੇ ਅੰਦਰ ਹੁਣ ਵੀ ਦਿਸ ਰਹੀ ਹੈ ਤੁਹਾਨੂੰ ਤਾਂ ਹੋਰ ਕੌਨਫੀਡੈਂਟ ਹੋਣਾ ਚਾਹੀਦਾ ਬੇਟਾ ਕਿਉਂਕਿ ਤੁਸੀਂ ਪਹਿਲਾਂ ਆ ਚੁੱਕੇ ਹੋ ਇੱਥੇ ਦਿੱਲੀ ਸਟੂਡੀਓ ਰਾਊਂਡਸ ਤੱਕ ਤੁਸੀਂ ਜਾ ਚੁੱਕੇ ਹੋ ਅਤੇ ਤੁਹਾਡਾ ਤਾਂ ਕੌਨਫੀਡੈਂਸ ਲੈਵਲ ਹੀ ਅਲੱਗ ਹੋਣਾ ਚਾਹੀਦਾ ਤੁਸੀਂ ਠੀਕ ਗਾ ਰਹੇ ਹੋ ਅੱਛਾ ਗਾ ਰਹੇ ਹੋ ਮੈਂ ਇਹ ਨਹੀਂ ਕਹਿ ਰਿਹਾ ਤੁਸੀਂ ਮਾੜਾ ਗਾ ਰਹੇ ਹੋ ਪਰ ਜਿੰਨਾ ਤੁਹਾਨੂੰ ਅੱਛਾ ਗਾਣਾ ਚਾਹੀਦਾ ਤੁਸੀਂ ਓਨਾ ਅੱਛਾ ਨਹੀਂ ਗਾ ਰਹੇ ਮੈਂ ਤਾਂ ਸੋਚ ਰਿਹਾ ਸੀ ਬਹੁਤ ਅੱਛਾ ਗਾਓਗੇ ਤੁਸੀਂ ਬਟ ਸਟਿਲ ਅੱਛਾ ਹੈ ਤੁਸੀਂ ਸਾਨੂੰ ਕੋਈ ਥੋੜ੍ਹਾ ਜਿਹਾ ਜਿੱਦਾਂ ਨਾ ਤੁਹਾਡਾ ਮੈਨੂੰ ਤੁਹਾਡੀਆਂ ਪਰਫੋਰਮੈਂਸ ਥੋੜ੍ਹੀਆਂ ਥੋੜ੍ਹੀਆਂ ਮੇਰੇ ਮਾਇੰਡ 'ਚ ਆ ਰਹੀਆਂ ਜਿਹਦੇ ਨਾਲ ਤੁਸੀਂ ਉੱਥੇ ਥੋੜ੍ਹੇ ਡਾਂਸਿੰਗ ਨੰਬਰ ਕੁਛ ਗਾਏ ਨੇ ਪਰਫੋਰਮ ਕੀਤੇ ਨੇ ਕੁਛ ਉੱਦਾਂ ਦਾ ਕੋਈ ਇੱਕ ਗਾਣਾ ਸਾਨੂੰ ਸੁਣਾ ਦਿਓ ਬਾਕੀ ਆਵਾਜ਼ ਬੀਟ ਵਾਲਾ ਵੀ ਮੈਂ ਪਰੀਆਂ ਤੋਂ ਵੱਧ ਸੋਹਣੀ ਵੇ ਨਾ ਕੋਈ ਮੇਰੇ ਵਰਗੀ ਹੋਣੀ ਵੀ ਮੈਂ ਪਰੀਆਂ ਤੋਂ ਵੱਧ ਸੋਹਣੀ ਵੇ ਨਾ ਕੋਈ ਮੇਰੇ ਵਰਗੀ ਹੋਣੀ ਨਾ ਕੋਈ ਮੇਰੇ ਵਰਗੀ ਹੋਣੀ ਵੇ ਮੈਨੂੰ ਮਾਣ ਜਵਾਨੀ ਦਾ ਐਂਟਰੀ ਤਾਂ ਤੈਨੂੰ ਮਿਲ ਗਈ ਹੈ ਚਲ ਸੁਣਾ ਦੇ ਇੱਕ ਹੋਰ ਵਧੀਆ ਜਾ ਹੋ ਸ਼ੱਕ ਪੂਰ ਗਏ ਨਾਨਕੇ ਸਾਰੀ ਗਿੱਧੇ ਵਿੱਚ ਆ ਕੇ ਨੱਚ ਲੋ ਆਜੋ ਜੀ ਆਜੋ ਬਿਕੋਜ਼ ਗਲਤੀਆਂ ਤੁਹਾਡੇ ਕਰਕੇ ਨਿਕਲੀਆਂ ਨੇ ਜੀ ਵਾਹ ਜੀ ਵਾਹ ਗੋਡ ਬਲੈਸ ਯੂ ਤੇ ਵਧੀਆ ਤਿਆਰੀ ਕਰਕੇ ਆਏ ਗੋਡ ਬਲੈਸ ਇਦਾਂ ਦੇ ਗਾਇਆ ਕਰੋ ਗਾਣੇ ਮਤਲਬ ਨਾਨੀ ਲੱਗ ਨਹੀਂ ਰਹੇ ਮੰਮਾ ਲੱਗ ਰਹੇ ਸੀ ਪਰ ਐਨੀਵੇਜ਼ ਬਹੁਤ ਵਧੀਆ ਲੱਗਿਆ ਜੀ ਤੁਹਾਨੂੰ ਮਿਲ ਕੇ ਮੁਬਾਰਕਾਂ ਤੇ ਹੁਣ ਉਮੀਦ ਕਰਾਂਗੇ ਨਾਨੀ ਜੀ ਕਿ ਕੁੜੀ ਨੂੰ ਹੋਰ ਮਿਹਨਤ ਕਰਾਓ ਤੇ ਅੱਗੇ ਹੋਰ ਜਾਏਗੀ ਠੀਕ ਹੈ ਜੀ ਚਲੋ ਫਿਰ ਠੀਕ ਆ ਮੁਬਾਰਕਾਂ ਹੋ ਜਾਓ ਫਿਰ ਤਿਆਰ ਮੈਗਾ ਆਡੀਸ਼ਨ ਵਾਸਤੇ ਮੈਂ ਨਾ ਜਾਵਾਂ ਠੀਕ ਹੈ ਓਕੇ ਹਰ ਕੋਈ ਆਸ਼ਿਕ ਹੋਇਆ ਫਿਰ ਤਾਂ ਵੀ ਮੇਰੀ ਅੱਖ ਮਸਤਾਨੀ ਤਾਂ ਮੁਬਾਰਕਾਂ 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 ਕਿਹੋ ਜਿਹਾ ਐਕਸਪੀਰੀਅੰਸ ਅੰਦਰ ਸਰ ਬਹੁਤ ਮਜ਼ਾ ਆਇਆ ਕੀ ਲੱਗਦਾ ਇਸ ਵਾਰ ਤਾਂ ਵਿਨਰ ਬਣ ਕੇ ਜਾਣਾ ਹੁਣ ਤਾਂ ਲਓ ਜੀ ਹਾਂ ਮੁਬਾਰਕਾਂ ਜੀ ਮਿਲਦੇ ਫਿਰ ਮੈਂ ਆਡੀਸ਼ਨ ਵਿੱਚ ਦੋਸਤੋ ਲੁਧਿਆਣਾ ਸ਼ਹਿਰ ਦੇ ਇਹਨਾਂ ਛੋਟੇ ਬੱਚਿਆਂ ਦੇ ਸੁਰ ਜਿੰਨੇ ਪੱਕੇ ਹਨ ਉਨਾ ਹੀ ਇਹਨਾਂ ਦਾ ਸਟਾਈਲ ਵੀ ਬੜਾ ਘੈਂਟ ਹੈ ਜੀ ਆਪਣੀ ਸੁਰੀਲੀ ਆਵਾਜ਼ ਤੇ ਵੱਖਰੇ ਅੰਦਾਜ਼ ਨਾਲ ਜੱਜਿਸ ਨੂੰ ਇੰਪ੍ਰੈਸ ਕਰਨ ਦੀ ਕੋਸ਼ਿਸ਼ ਇਸੇ ਤਰ੍ਹਾਂ ਇਹ ਬੱਚੇ ਕਰਦੇ ਰਹਿਣਗੇ ਵੇਲਾ ਹੋ ਗਿਆ ਜੀ ਇੱਕ ਛੋਟੀ ਜਿਹੀ ਬ੍ਰੇਕ ਦਾ ਮਿਲਦੇ ਫਿਰ ਆਪਾਂ ਬ੍ਰੇਕ ਤੋਂ ਬਾਅਦ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬ ਪਾਵੇ ਸਾਨੂੰ ਤੁਰਨਾ ਪਿਆ ਓਏ ਹਾਏ ਰੱਬ ਪਾਵੇ ਸਾਨੂੰ ਤੁਰਨਾ ਪਿਆ ਕੀ ਪਤਾ ਸੀ ਤੇਰੇ ਤੋਂ ਦੂਰੀਆਂ ਹੋ ਜਾਣੀਆਂ ਅਜੇ ਬਹੁਤ ਮਿਹਨਤ ਦੀ ਲੋੜ ਆ ਜੇ ਵਾਕਈ ਤੁਹਾਡੇ ਅੰਦਰ ਬਹੁਤ ਜ਼ਿਆਦਾ ਜਨੂੰਨ ਆ ਸਿੰਗਿੰਗ ਨੂੰ ਲੈ ਕੇ ਤਾਂ ਫਿਰ ਉਨੇ ਐਫਰਟਸ ਵੀ ਦਿਓ ਉਨੀ ਮਿਹਨਤ ਵੀ ਦਿਓ ਉਸ ਚੀਜ਼ ਦੇ ਉੱਤੇ
ਪੰਜਾਬ ਬੋਲੇ ਵਾਂਸ ਮੋਰ। ਸਾਡੇ ਸ਼ੋਅ ਦੇ ਕੋ ਪ੍ਰੈਜ਼ੈਂਟਰ ਨੇ ਕੋਲਗੇਟ ਸਟਰੋਂਗ ਟੀਥ ਤੇ ਪਤੰਜਲੀ ਹਰਬਲ ਪਾਵਰ ਵਿਟਾ, ਪਾਵਰਡ ਬਾਈ ਗੁੱਡ ਨਾਈਟ ਐਡਵਾਂਸ ਐਕਟਿਵ ਪਲੱਸ ਐਂਡ ਲਾਈਫ ਬੋਏ। ਸਟਾਈਲ ਪਾਰਟਨਰ ਨੇ ਪੈਂਟਾਲੂਨਸ। ਲਓ ਜੀ ਦੋਸਤੋ, ਲੁਧਿਆਣਾ ਸ਼ਹਿਰ ਦੇ ਆਡੀਸ਼ਨਸ ਲਗਾਤਾਰ ਚੱਲਦੇ ਜਾ ਰਹੇ ਨੇ। ਜੱਜਿਸ ਕਈਆਂ ਨੂੰ ਮੈਗਾ ਆਡੀਸ਼ਨ ਦੀ ਟਿਕਟ ਦੇ ਰਹੇ ਨੇ ਤਾਂ ਕਈਆਂ ਨੂੰ ਦੇ ਰਹੇ ਨੇ ਐਡਵਾਈਸ। ਦੇਖੋ ਜੀ, ਗੱਲਬਾਤ ਇੱਦਾਂ, ਅੰਦਰ ਮਾਹੌਲ ਜਿਵੇਂ ਮਰਜ਼ੀ ਹੋਵੇ, ਸਾਡੀ ਮਸਤੀ ਬਰਕਰਾਰ ਹੈ। ਆਪਾਂ ਕਰ ਰਹੇ ਹਾਂ ਜੀ ਬੱਚਿਆਂ ਨਾਲ ਮਸਤੀ। ਹੁਣ ਮੈਨੂੰ ਇੱਕ ਹੋਰ ਗੱਲ ਸੁੱਝੀ ਹੈ ਕਿ ਮੈਂ ਕਿਉਂ ਨਾ ਬੱਚਿਆਂ ਤੋਂ ਪੁੱਛਾਂ ਇਹਨਾਂ ਦੇ ਟੀਚਰਸ ਦੇ ਬਾਰੇ, ਇਹਨਾਂ ਦੇ ਪੇਰੈਂਟਸ ਦੇ ਬਾਰੇ, ਕਿ ਇਹ ਆਪਸ ਦੇ ਵਿੱਚ ਜਿਵੇਂ ਪੇਰੈਂਟਸ ਲੜਦੇ ਕਿਸ ਤਰ੍ਹਾਂ ਨੇ, ਹੈ ਅਤੇ ਟੀਚਰ ਦੀ ਕੋਈ ਐਕਟਿੰਗ ਕਰਕੇ ਦਿਖਾਵੇ ਇੱਥੇ। ਅੱਛਾ ਬੱਚੇ, ਮੈਨੂੰ ਇਹ ਦੱਸੋ ਕਿ ਘਰੇ ਮੰਮੀ ਜ਼ਿਆਦਾ ਲੜਦੇ ਨੇ ਜਾਂ ਫਿਰ ਪਾਪਾ? ਮੰਮੀ ਜ਼ਿਆਦਾ ਲੜਦੇ ਨੇ ਹੈਂ। ਅੱਛਾ, ਅਤੇ ਮੰਮੀ ਪਾਪਾ ਨੂੰ ਡਾਂਟਦੇ ਵੀ ਹੈ? ਡਾਂਟਦੇ ਆ ਮੰਮੀ? ਬੜੇ ਚਲਾਕ ਹੋ ਤੁਸੀਂ ਹੈਂ, ਪਾਪਾ ਨੂੰ ਡਾਂਟਦੇ। ਅੱਛਾ, ਫਿਰ ਮੰਮੀ ਪਾਪਾ ਨੂੰ ਕਿਵੇਂ ਗੁੱਸਾ ਕਰਦੇ ਨੇ ਇਹ ਦੱਸੋ। ਜਦੋਂ ਪਾਪਾ ਘਰ 'ਚ ਲੇਟ ਆਉਂਦੇ ਆ ਤਾਂ ਉਹਨਾਂ ਨੂੰ ਕਹਿੰਦੇ ਹੁੰਦੇ ਆ ਹੋਰ ਜਲਦੀ ਆ ਜਾਣਾ ਸੀ, ਇੰਨੀ ਜਲਦੀ ਆਉਣ ਦੀ ਕੀ ਲੋੜ ਸੀ। ਤਾਨਾ ਮਾਰਦੇ ਨੇ? ਅੱਛਾ ਅੱਛਾ, ਬੜੇ ਤਰੀਕੇ ਨਾਲ ਤਾਨਾ ਮਾਰਦੇ ਨੇ ਇਹ। ਅਤੇ ਵੈਸੇ ਪਾਪਾ ਲੇਟ ਕਿਉਂ ਹੋ ਜਾਂਦੇ, ਕਦੀ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ? ਉਹ ਹਮੇਸ਼ਾ ਐਂ ਕਹਿੰਦਾ ਵੀ ਸ਼ੋਪ 'ਤੇ ਕੰਮ ਸੀ। ਅੱਛਾ ਜੀ, ਚਲੋ ਠੀਕ ਹੈ ਜੀ। ਦੇਖੋ ਜੀ, ਇਹ ਵੈਸੇ ਨਾ ਬੜੀ ਵੱਡੀ ਪ੍ਰੋਬਲਮ ਹੈ ਕਿ ਟਾਈਮ ਸਿਰ ਨਾ ਘਰੇ ਨਹੀਂ ਆਉਂਦੇ। ਚਲੋ ਕੋਈ ਗੱਲ ਨਹੀਂ। ਬੱਚੇ ਤੁਸੀਂ ਦੱਸੋ ਕਿ ਤੁਹਾਨੂੰ ਘਰੇ ਮੰਮੀ ਜ਼ਿਆਦਾ ਪਿਆਰ ਕਰਦੇ ਨੇ ਜਾਂ ਫਿਰ ਪਾਪਾ? ਪਾਪਾ। ਪਾਪਾ ਜੀ, ਠੀਕ ਹੈ। ਤੈਨੂੰ ਕੌਣ ਪਿਆਰ ਕਰਦਾ, ਮੰਮੀ ਜਾਂ ਪਾਪਾ? ਪਾਪਾ। ਪਾਪਾ ਕਰਦੇ ਨੇ, ਮੰਮੀ ਨਹੀਂ ਕਰਦੇ ਜ਼ਿਆਦਾ, ਹੈਂ। ਇਹ ਹੋਰ ਅੱਛਾ, ਕਿਹਦੇ ਸਾਹਮਣੇ ਮੰਮੀ ਪਾਪਾ ਦੀ ਲੜਾਈ ਹੋਈ ਆ? ਆ ਇੱਧਰ ਆ ਫਿਰ ਤੂੰ, ਆ ਦੱਸੂਗਾ ਕਿਵੇਂ ਲੜਦੇ ਨੇ, ਇੱਧਰ ਆ। ਮੰਮਾ ਕਹਿੰਦੇ ਰੋਜ਼ ਲੇਟ ਹੋ ਜਾਂਦੇ ਹੋ, ਤੁਸੀਂ ਕੀ ਕਰਦੇ ਹੋ? ਹੋਰ ਕੋਈ ਕੰਮ ਨਹੀਂ ਗਾ ਆਫਿਸ 'ਚ? ਫਿਰ ਪਾਪਾ ਸੋ ਜਾਂਦੇ। ਪਾਪਾ ਸੋ ਜਾਂਦੇ, ਪਾਪਾ ਕੁਛ ਨਹੀਂ ਬੋਲਦੇ, ਹੈਂ। ਚਲੋ ਕੋਈ ਗੱਲ ਨਹੀਂ, ਹੁਣ ਇੱਕ ਇੱਕ ਗਾਣਾ ਸੁਣਾ ਦਿਓ ਸਾਰਾ, ਇੱਕ ਗਾਣਾ ਗਾਵਾਂਗੇ ਸਾਰੇ ਜਾਣੇ, ਠੀਕ ਹੈ? ਚਲੋ ਕਿਹੜਾ ਗਾਣਾ ਗਾਵਾਂਗੇ, ਖੁਆਬ ਗਾਈਏ? ਚਲੋ ਠੀਕ ਹੈ, 1 2 3 ਗੋ। ਵੈਰੀ ਗੁੱਡ, ਤਾੜੀਆਂ, ਬਹੁਤ ਵਧੀਆ। ਦੇਖੋ ਜੀ, ਲਓ ਜੀ ਦੋਸਤੋ, ਆਪਾਂ ਇੱਥੇ ਬੱਚੇ ਦਾ ਪੂਰਾ ਇੱਥੇ ਮੂਡ ਬਣਾਇਆ ਹੋਇਆ ਜੀ, ਮਸਤੀ ਇੱਥੇ ਪੂਰੀ ਚੱਲ ਰਹੀ ਹੈ, ਕਿਉਂਕਿ ਥੋੜ੍ਹਾ ਜਿਹਾ ਫਰੈਸ਼ ਵੀ ਤਾਂ ਇਹਨਾਂ ਨੂੰ ਕਰਨਾ ਨਾ, ਇਸ ਤੋਂ ਬਾਅਦ ਇਹਨਾਂ ਨੇ ਆਡੀਸ਼ਨ ਦੇਣ ਜਾਣਾ, ਅਤੇ ਜੱਜਿਸ ਦੇ ਸਾਹਮਣੇ ਬਿਲਕੁਲ ਬਿਲਕੁਲ ਫਰੈਸ਼ ਰਹਿਣੇ ਚਾਹੀਦੇ ਨੇ ਬੱਚੇ। ਦੇਖੋ ਜੀ, ਆਪਾਂ ਪੂਰੀ ਆਪਣੀ ਰਿਸਪੋਂਸੀਬਿਲਟੀ ਨਿਭਾ ਰਹੇ ਹਾਂ। ਹੁਣ ਆਪਾਂ ਚੱਲਦੇ ਹਾਂ ਅੰਦਰ, ਜੋ ਕਿ ਜੱਜਿਸ ਇਹਨਾਂ ਬੱਚਿਆਂ ਨੂੰ ਸੁਣ ਰਹੇ ਨੇ, ਅਤੇ ਉਹ ਵੀ ਆਪਣੀ ਰਿਸਪੋਂਸੀਬਿਲਟੀ ਨਿਭਾ ਰਹੇ ਨੇ। ਦੇਖਦੇ ਹਾਂ ਜੀ ਅਤੇ ਸੁਣਦੇ ਹਾਂ ਬੱਚਿਆਂ ਨੂੰ। ਰਹੋ ਬੇਖੌਫ ਜ਼ਿੰਦਗੀ ਚੋਂ ਕੱਢ ਕੇ ਨਹੀਂ ਜਾਂਦੇ, ਸੱਜਣਾ ਹੋਏ ਰਹਿਣੇ ਅੱਖੀਆਂ ਤੋਂ ਦੂਰ ਦਿਲ ਵਿੱਚ ਵੱਸਦੇ, ਸੱਜਣਾ ਹੋਏ ਰਹਿਣੇ ਅੱਖੀਆਂ ਤੋਂ ਦੂਰ ਰੂਆਂ ਮੈਂ ਵੀ। ਤੁਹਾਨੂੰ ਮੇਰੇ ਹਿਸਾਬ ਨਾਲ ਅਜੇ ਬਹੁਤ ਮਿਹਨਤ ਦੀ ਲੋੜ। ਤੂੰ ਬਹੁਤ ਅੱਛਾ ਗਾ ਸਕਦਾ, ਤੂੰ ਅੱਛੇ ਗਾਣੇ ਚੁਣੇ, ਅੱਛਾ ਗਾ ਰਿਹਾ, ਬਟ ਇੰਨਾ ਅੱਛਾ ਨਹੀਂ ਗਾ ਰਿਹਾ ਕਿ ਤੈਨੂੰ ਕੰਪੀਟੀਸ਼ਨ 'ਚ ਅਸੀਂ ਅੱਗੇ ਲੈ ਕੇ ਜਾ ਸਕੀਏ। ਸਾਨੂੰ ਹੁਣ ਪਤਾ ਲੱਗਿਆ ਰਾਤਾਂ ਲੰਮੀਆਂ ਹੀ ਬੜੀਆਂ ਨੇ, ਕੀ ਪਤਾ ਸੀ ਤੇਰੇ ਤੋਂ ਦੂਰੀਆਂ ਹੋ ਜਾਣੀਆਂ। ਅਜੇ ਬਹੁਤ ਮਿਹਨਤ ਦੀ ਲੋੜ ਆ। ਜੇ ਵਾਕਈ ਤੁਹਾਡੇ ਅੰਦਰ ਬਹੁਤ ਜ਼ਿਆਦਾ ਜਨੂੰਨ ਆ ਸਿੰਗਿੰਗ ਨੂੰ ਲੈ ਕੇ, ਤਾਂ ਫਿਰ ਉਨੇ ਐਫਰਟਸ ਵੀ ਦਿਓ, ਉਨੀ ਮਿਹਨਤ ਵੀ ਦਿਓ ਉਸ ਚੀਜ਼ ਦੇ ਉੱਤੇ। ਹੋ ਗਿੱਦੜਾਂ ਦਾ ਸੁਣਿਆ ਹਾਂ ਗਰੱਪ ਫਿਰਦਾ, ਹੋ ਕਹਿੰਦੇ ਸ਼ੇਰ ਮਾਰਨਾ ਹੋਏ। ਵੋਇਸ ਚੇਂਜ ਹੋਣ ਕਰਕੇ ਨਾ ਤੁਹਾਡੀ ਆਵਾਜ਼ ਨਿਕਲ ਰਹੀ ਹੈ, ਆਵਾਜ਼ ਖੁੱਲ੍ਹ ਕੇ ਨਿਕਲਣੀ ਚਾਹੀਦੀ ਹੈ ਨਾ, ਸੋ ਚੇਂਜਿੰਗ ਪ੍ਰੋਸੈਸ ਹੈ, ਸੋ ਇਹਦੇ 'ਤੇ ਬਹੁਤ ਜ਼ਿਆਦਾ ਸਟ੍ਰੈਸ ਨਾ ਕਰੋ, ਤੁਸੀਂ ਸਿਰਫ ਸਿੱਖੋ, ਰਿਆਜ਼ ਕਰੋ, ਫਿਰ ਤੁਸੀਂ ਜ਼ਰੂਰ ਸਾਡਾ ਜੋ ਵੱਡਿਆਂ ਵਾਲਾ ਸ਼ੋਅ ਹੁੰਦਾ ਉਹਦੇ 'ਚ ਟਰਾਈ ਕਰਿਓ। ਨੀ ਤੂੰ ਮੱਥੇ ਉੱਤੇ ਚਾਨਖਰ ਮਾਈ ਫਿਰੇ ਧੀਨੀ ਬਾਣੇ ਚਾਹ ਦੇਨੇ ਕੁੜੀਏ। ਗਾਣੇ ਤੋਂ ਜ਼ਿਆਦਾ ਤੁਸੀਂ ਸ਼ਾਊਟ ਕਰ ਰਹੇ ਹੋ, ਬਟ ਤੁਹਾਨੂੰ ਮੇਰੇ ਹਿਸਾਬ ਨਾਲ ਅਜੇ ਬਹੁਤ ਮਿਹਨਤ ਦੀ ਲੋੜ। ਸੁਹੇ ਵਚੀਰੇ ਵਾਲਿਆ ਮੈਂ ਕਹਿਨੀ ਆ, ਕਰ ਛਤਰੀ ਦੀ ਛਾਂ ਮੈਂ ਛਾਵੇਂ ਬੈਨੀ ਆ, ਅਸੀਂ ਤੇਰੇ ਪਿੱਛੇ ਹੋਇਆ ਤਬਾਹ, ਤੇਰੇ ਪਿੱਛੇ ਹੋਇਆ ਤਬਾਹ, ਇਹਨਾਂ ਸਾਰਿਆਂ ਤੋਂ ਪੁੱਛ ਚੰਨ ਵੇ। ਤੁਸੀਂ ਬਹੁਤ ਛੋਟੇ ਹੋ, ਤੁਹਾਡੀ ਜਿਹੜੀ ਆਵਾਜ਼ ਹੈ ਤੁਸੀਂ ਉਹਨੂੰ ਹੋਰ ਪੋਲਿਸ਼ ਕਰੋ ਨਾ, ਬਾ ਕਮਾਲ ਆਵਾਜ਼ ਬਣਨੀ ਆਉਂਦੀ।
ਨਿਰਾਸ਼ ਨਹੀਂ ਹੋਣਾ, ਨਿਰਾਸ਼ ਨਹੀਂ ਹੋਣਾ। ਕੁਝ ਕੁਝ ਚੀਜ਼ਾਂ ਬਹੁਤ ਅੱਛੀਆਂ ਸੀਗੀਆਂ ਗਾਣੇ ਦੇ ਵਿੱਚ। ਤੁਸੀਂ ਬਹੁਤ ਪਿਆਰੇ ਹੋ, ਬਹੁਤ ਕਿਊਟ ਜਿਹੇ ਹੋ, ਹੈ ਨਾ ਬੇਟੇ? ਤੁਹਾਨੂੰ ਜੇ ਬਹੁਤ ਸਿੱਖਣ ਦੀ ਲੋੜ ਹੈ। ਪ੍ਰੈਕਟਿਸ ਕਰੋ, ਸਿੱਖੋ, ਫਿਰ ਜ਼ਰੂਰ ਆਇਓ। ਗੋਡ ਬਲੈਸ ਯੂ। ਬਾਏ ਬਾਏ। ਥੈਂਕ ਯੂ ਬੇਟਾ ਜੀ, ਬਾਏ ਬਾਏ। ਗੋਡ ਬਲੈਸ ਯੂ ਬੱਚੇ। ਹੈਲੋ ਬੱਚੇ, ਕੀ ਹੋ ਜਾ ਰਿਹਾ ਫਿਰ ਅੰਦਰ ਆਡੀਸ਼ਨ? ਠੀਕ ਰਿਹਾ। ਕੀ ਕਹਿੰਦੇ ਜਜਿਸ? ਉਹ ਕਹਿੰਦੇ ਵੀ ਤੁਸੀਂ ਥੋੜੀ ਹੋਰ ਤਿਆਰੀ ਕਰੋ। ਜਜਿਸ ਕਹਿੰਦੇ ਅਗਲੀ ਵਾਰ ਫੇਰ ਆਇਓ ਤਿਆਰੀ ਕਰਕੇ। ਵੈਰੀ ਗੁੱਡ। ਇਹਨੇ ਪ੍ਰੀਪੇਅਰ ਨਹੀਂ ਹੋ ਕਿ ਤੁਹਾਨੂੰ ਅੱਗੇ ਲੈ ਕੇ ਜਾ ਸਕੀਏ। ਅੱਛਾ, ਕੀ ਲੱਗਦਾ ਕਿੱਥੇ ਕਮੀ ਰਹਿ ਗਈ? ਗਾਣਾ ਗਲਤ ਗਾਤਾ। ਗਾਣਾ ਗਲਤ ਗਾਤਾ? ਹੌਸਲਾ ਰੱਖਣਾ। ਕਿੰਨੇ ਸਾਲ ਹੋ ਗਏ ਰਿਆਜ਼ ਕਰਦੇ ਨੂੰ ਤੁਹਾਨੂੰ? ਮੈਨੂੰ 3 ਸਾਲ ਹੋ ਗਏ। ਚੱਲ ਕੋਈ ਗੱਲ ਨਹੀਂ, ਹੋਰ ਮਿਹਨਤ ਕਰਨੀ ਹੈ, ਠੀਕ ਹੈ? ਰਿਆਜ਼ ਕਰਨਾ ਪ੍ਰੋਪਰ। ਆਓ ਜੀ। ਹੈਲੋ। ਹਾਂਜੀ, ਠੀਕ ਹੋ? ਮਾਈਕ ਉੱਪਰ ਕਰ ਲਓ ਜੀ। ਇਹਨਾਂ ਗਵਾਚਿਆ ਕਿਉਂ ਤੂੰ? ਹੈ, ਕੀ ਨਾਮ ਹੈ ਸਰਕਾਰ ਤੁਹਾਡਾ? ਅੰਸ਼ਦੀਪ ਸਿੰਘ ਜੀ। ਕਿਹੜੇ ਸ਼ਹਿਰ ਤੋਂ ਆਏ ਹੋ ਜੀ? ਮੋਗੇ ਤੋਂ। ਮੋਗੇ ਤੋਂ ਕੀ ਸੁਣਾ ਰਹੇ ਹੋ? ਜੈਪੀ ਰਾਏ ਕੋਟੀ ਦਾ ਸੌਂਗ। ਜੈਪੀ ਰਾਏ ਕੋਟੀ ਜੀ, ਵੱਡੇ ਨੇ ਨਾ ਇਹ 'ਚ ਤੁਹਾਡੋਂ? ਵੱਡੇ ਨੇ ਨਾ ਤੁਹਾਡੇ ਤੋਂ? ਫਿਰ ਹੈਪੀ ਰਾਏ ਕੋਟੀ ਜੀ ਸੁਣਾਓ ਗਾਣਾ। ਮੈਂ ਤਾਂ ਵੀ ਪਿਆਰੀ ਕਰੀਦਾ, ਤੂੰ ਤੋੜਦੀ ਹੈ ਵਾਦੇ, ਮੈਂ ਤਾਂ ਵੀ ਇਤਬਾਰੀ ਕਰੀਦਾ। ਹਾਂ ਮੈਂ ਕਈ ਵਾਰੀ ਸੋਚਾਂ ਇਤਬਾਰੀ ਨਾ ਕਰਾਂ, ਮੈਂ ਕਈ ਵਾਰੀ ਸੋਚਾਂ ਇਤਬਾਰੀ ਨਾ ਕਰਾਂ, ਇਹ ਤਾਂ ਵੀ ਤੇਰੇ ਲਾਰਿਆਂ 'ਚ ਖੋਈ ਜਾਂਦਾ ਹੈ। ਦਿਲ ਵਾਰੀ ਵਾਰੀ ਕਹਿੰਦੇ ਤੈਨੂੰ ਪਿਆਰ ਨਾ ਕਰਾਂ, ਇਹ ਕਹਿੰਦੇ ਕਹਿੰਦੇ ਪਿਆਰ ਮੈਨੂੰ। ਮੈਨੂੰ ਪਤਾ ਕੀ ਲੱਗਦਾ, ਥੋੜ੍ਹੇ ਦਿਨ ਇੰਜੋਏ ਕਰਕੇ ਗਾ ਬੱਚੇ ਗਾਣਾ। ਤੂੰ ਸਟਿਲ ਖੜ ਕੇ ਗਾ ਰਿਹਾ। ਉਦਾਸੀ, ਇੰਨੀ ਉਦਾਸੀ ਕਿਉਂ ਹੈ? ਛੋਟਾ ਜਿਹਾ ਯਾਰ ਤਾਂ ਹੱਸਿਆ ਕਰ। ਬੱਚੇ ਹੱਸਦੇ ਚੰਗੇ ਲੱਗਦੇ ਆ। ਇਸ ਗਾਣੇ ਮਤਲਬ ਕੋਈ ਵੀ ਗਾਣਾ ਕਰਾਂ, ਇੰਜੋਏ ਕਰਕੇ ਗਾ ਥੋੜ੍ਹਾ। ਆਪਣਾ ਹੋਰ ਵੀ ਗਾਣਾ ਸੁਣਾ, ਹੋਰ ਵੀ। ਵੇ ਮੈਥੋਂ ਤੇਰਾ ਮਨ ਭਰਿਆ, ਮਨ ਭਰਿਆ ਬਦਲ ਗਿਆ ਸਾਰਾ, ਵੇ ਤੂੰ ਮੈਨੂੰ ਛੱਡ ਜਾਣਾ। ਗੱਲਾਂ ਤੇਰੀਆਂ ਤੋਂ ਲੱਗਦਾ ਏ ਯਾਰ, ਗੱਲ ਗੱਲ 'ਤੇ ਸ਼ੱਕ ਕਰਦਾ, ਤੂੰ ਜ਼ਰਾ ਵੀ ਨਹੀਂ। ਹੁਣ ਤੇਰੀਆਂ ਅੱਖੀਆਂ 'ਚ ਮੇਰੇ ਲਈ ਪਿਆਰ ਜ਼ਰਾ ਵੀ ਨਹੀਂ। ਖੁਸ਼ ਹੋ ਗਿਆ। ਮੇਰਾ ਤੇ ਕੋਈ ਹੈ ਨਹੀਂ ਤੇਰੇ ਬਿਨ, ਤੈਨੂੰ ਮਿਲ ਜਾਣਾ ਕਿਸੇ ਦਾ ਸਹਾਰਾ, ਵੇ ਤੂੰ ਮੈਨੂੰ ਓਕੇ ਜੀ ਛੱਡ ਜਾਣਾ। ਲਓ ਜੀ ਅੰਸ਼ਦੀਪ ਪੁੱਤਰ, ਅੱਜ ਦਾ ਤਾਂ ਸਮਝ ਸਕਦੇ ਹਾਂ ਕਿ ਥੋੜ੍ਹਾ ਜਿਹਾ ਤੂੰ ਡਰਿਆ ਹੋਇਆ ਵੀ ਹੈ, ਹੈ ਨਾ? ਅੱਗੇ ਮਿੱਤਰ ਅਗਲੇ ਰਾਊਂਡ 'ਚ ਬਿਨਾਂ ਡਰ ਤੋਂ ਆਉਣਾ, ਹੁਣ ਤੈਨੂੰ ਅਗਲੇ ਰਾਊਂਡ 'ਚ ਲੈ ਕੇ ਜਾ ਰਹੇ ਹਾਂ। ਆਵੀਂ ਫਿਰ ਮਿਲ ਗਿਆ ਮੈਡਲ। ਹਾਂਜੀ। ਹਾਏ 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 ਹਾਏ, ਆ ਲਾਡੀ ਰਾਣੀ, ਵਾਹ ਜੀ ਵਾਹ, ਸੋ ਮੁਬਾਰਕਾਂ ਜੀ ਤੁਹਾਨੂੰ ਬਹੁਤ ਬਹੁਤ ਜੀ, ਤੁਹਾਨੂੰ ਕਿਆ ਬਾਤ ਜੀ। ਚਲੋ ਠੀਕ ਹੈ ਜੀ, ਹੁਣ ਹੋਰ ਮਿਹਨਤ ਕਰਾਇਓ ਮੈਗਾ ਆਡੀਸ਼ਨ ਦੇ ਲਈ, ਠੀਕ ਹੈ ਜੀ? ਮੁਬਾਰਕਾਂ ਜੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਨਮੋਲਪ੍ਰੀਤ ਹੈ ਅਤੇ ਮੈਂ ਬਠਿੰਡਾ ਦੀ ਰਹਿਣ ਵਾਲੀ ਹਾਂ। ਸਿੰਗਿੰਗ ਮੇਰਾ ਪੈਸ਼ਨ ਹੈ ਅਤੇ ਮੈਂ ਸਿੰਗਿੰਗ ਦੀ ਟ੍ਰੇਨਿੰਗ ਵੀ ਲੈ ਰਹੀ ਹਾਂ। ਇਸ ਤੋਂ ਇਲਾਵਾ ਮੈਨੂੰ ਡਾਂਸਿੰਗ ਕਰਨਾ ਬਹੁਤ ਅੱਛਾ ਲੱਗਦਾ ਹੈ, ਡਾਂਸਿੰਗ ਦੀ ਵੀ ਟ੍ਰੇਨਿੰਗ ਲੈ ਰਹੀ ਹਾਂ ਮੈਂ। ਮੇਰੇ ਮੰਮੀ ਪਾਪਾ ਮੈਨੂੰ ਸਿੰਗਿੰਗ ਵਿੱਚ ਬਹੁਤ ਸਪੋਰਟ ਕਰਦੇ ਨੇ। ਮੇਰਾ ਅਤੇ ਮੇਰੇ ਮੰਮਾ ਪਾਪਾ ਦਾ ਅਤੇ ਮੇਰੇ ਟੀਚਰ ਦਾ ਵੀ ਇਹ ਡ੍ਰੀਮ ਹੈ ਕਿ ਮੈਂ ਵੌਇਸ ਆਫ ਪੰਜਾਬ ਛੋਟਾ ਚੈਂਪ ਦੀ ਵਿਨਰ ਬਣਾ। ਸਰ ਫੋਕ ਸੌਂਗ ਜੁੱਤੀ ਕਸੂਰੀ। ਜੁੱਤੀ ਕਸੂਰੀ ਪੈਰੀ ਨਾ ਪੂਰੀ, ਹਾਏ ਰੱਬ ਪਾਵੇ ਸਾਨੂੰ ਤੁਰਨਾ ਪਿਆ ਓਏ, ਹਾਏ ਰੱਬ ਪਾਵੇ ਸਾਨੂੰ ਤੁਰਨਾ ਪਿਆ।
जिन्ना रहा दी मैं सार ना जाना ओनी राही वे मैनू मुड़ना पिया ओए ओनी राही वे मैनू मुड़ना पिया पड़ना यार हुण एक ही कर रहे हो सचिन पाजी नु एक सेकंड यार उठना पिया है एक ही कर रहे हो तुसी हैं सॉन्ग आ रही है सर मैं सुन मैनू लगे चुटकला सुना रही है ये किदां दा गाया तुसी ओ ते सर सुन नहीं पता है तो थानू पता ही नहीं फिर गा की वे रहे हो सर मेरे हिसाब नाल ता ठीक गाया पक्का साढ़े हिसाब नाल भी तुसी बहुत ठीक गाया बहुत अच्छा गाया बट ये उदो मिलना कि सानू एक गाना हो सुनना हाँ कलिया गुजारा किवें रातां कालियां डंगदियां मैनू रुत्तां प्यार वालियां कलिया गुजारा किवें रातां कालियां डंगदियां मैनू रुत्तां प्यार वालियां तेरे बाजों जीन लगदा मैं ते मर गई ता आ जा सोनिया खरे आ जा सोनिया हो वेरी नाइस वेरी आ जा नेक्स्ट राउंड च कुड़िए आ जा नेक्स्ट राउंड च अमन होल्ड रख मिलते हैं जी नेक्स्ट राउंड च गॉड ब्लेस यू थैंक यू सर ओए कंग्रेचुलेशन सेलिब्रेशन वेरी गुड ਇਹਨਾਂ ਨੇ ਗੱਲ ਕੀਤੀ ਸੀ ਜਾਣ ਤੋਂ ਪਹਿਲਾਂ ਕਿ ਮੈਂ ਕੌਨਫੀਡੈਂਟ ਹੈ ਸੋ ਕੀ ਕਿਹਾ ਜੱਜਿਸ ਨੇ ਬਹੁਤ ਵਧੀਆ ਕਮੈਂਟਸ ਮਿਲੇ ਜੱਜਿਸ ਸਰ ਸਟੈਂਡਿੰਗ ਓਕੇਸ਼ਨ ਵੀ ਮਿਲੀ ਓਕੇ ਵੈਰੀ ਨਾਈਸ ਸੋ ਕਰੋ ਕੋਈ ਆਇਆ ਥੇ ਹਾਂਜੀ ਕੌਣ ਆਏ ਨੇ ਪਾਪਾ ਆਏ ਨੇ ਵਾਹ ਜੀ ਵਾਹ ਮੁਬਾਰਕਾਂ ਜੀ ਬਹੁਤ ਬਹੁਤ ਥੈਂਕ ਯੂ ਵੈਰੀ ਮੱਚ ਸਰ ਸੋ ਤੁਹਾਡੀ ਕੁੜੀ ਮੈਗਾ ਆਡੀਸ਼ਨ ਦਾ ਮੈਡਲ ਇੱਥੋਂ ਲੈ ਕੇ ਜਾ ਰਹੀ ਹੈ ਹਾਂਜੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਵੈਰੀ ਗੁੱਡ ਜੀ ਪ੍ਰਾਊਡ ਆਫ ਯੂ ਠੀਕ ਹੈ ਜੀ ਹੁਣ ਦੇਖਦੇ ਹਾਂ ਕਿ ਮੈਗਾ ਆਡੀਸ਼ਨ ਦੇ ਵਿੱਚ ਕੀ ਹੁੰਦਾ ਯੈਸ ਸਰ ਓਕੇ ਜੀ ਓਕੇ ਜੀ ਠੀਕ ਹੈ ਸਾਡੀ ਫੁੱਲ ਤਿਆਰੀ ਹੈ ਚੱਲ ਰਹੇ ਨੇ ਲੁਧਿਆਣਾ ਸ਼ਹਿਰ ਵਿੱਚ ਆਡੀਸ਼ਨਸ ਤੇ ਇਦਾਂ ਹੀ ਚੱਲਦੇ ਰਹਿਣਗੇ ਆਪਾਂ ਮਿਲਦੇ ਆ ਕਿੱਥੇ ਮਿਲਦੇ ਆ ਕਿਵੇਂ ਮਿਲਦੇ ਆ ਬੜੇ ਚਲਾਕ ਬੱਚੇ ਹੋ ਤੁਸੀਂ ਹੈ ਮੈਂ ਥੋੜਾ ਜਿਹਾ ਟੱਚਅਪ ਕੀ ਕਰਾਉਣ ਗਿਆ ਤੁਸੀਂ ਬ੍ਰੇਕ ਲੈਣ ਲੱਗੇ ਸੀਗੇ ਵੈਰੀ ਗੁੱਡ ਐਂਕਰਿੰਗ ਵੀ ਸ਼ੁਰੂ ਕਰ ਦਿੱਤੀ ਤੁਸੀਂ ਮੈਂ ਸੋਚਿਆ ਸਾਹਿਬ ਸਰ ਸਾਰਾ ਦਿਨ ਇੰਨਾ ਕੰਮ ਕਰਦੇ ਨੇ ਓਏ ਹੋਏ ਹੋਏ ਇੰਨਾ ਪਾਜੀ ਅਸੀਂ ਸੋਚਿਆ ਤੁਹਾਡੀ ਹੈਲਪ ਹੀ ਕਰਦੀ ਓਏ ਹੋਏ ਹੋਏ ਇੰਨਾ ਖਿਆਲ ਮੇਰਾ ਹੈਲਪ ਕਰਦੀ ਏ ਮੈਂ ਜਾਣਦਾ ਤੁਸੀਂ ਬੱਚੇ ਬੜੇ ਚਲਾਕ ਹੋ ਹੈ ਇਹ ਜਿਹੜੇ ਤੁਹਾਡੇ ਗਾਇਕੀ ਦੇ ਕੀੜੇ ਹੈ ਨਾ ਉਹ ਕੱਢੋ ਤੁਸੀਂ ਜਾ ਕੇ ਮੇਰੇ ਨਾਲ ਚਲਾਕੀਆਂ ਨਾ ਕਰੋ ਤੁਸੀਂ ਸਰ ਚਲਾਕੀ ਤੁਹਾਨੂੰ ਤਾਂ ਮਸਤੀ ਹੈ ਗੱਲ ਤਾਂ ਵੈਸੇ ਠੀਕ ਹੈ ਮਸਤੀ ਬੱਚੇ ਨਾਲ ਚੱਲਦੀ ਰਹਿਣੀ ਚਾਹੀਦੀ ਹੈ ਬਿਲਕੁਲ ਸਹੀ ਕਿਹਾ ਇਹਨਾਂ ਬੱਚਿਆਂ ਨੇ ਚਲੋ ਫਿਰ ਮਸਤੀ ਮਸਤੀ ਦੇ ਵਿੱਚ ਆਪਾਂ ਇੱਕ ਛੋਟਾ ਜਿਹਾ ਕੰਮ ਕਰਦੇ ਹਾਂ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਹਾਂ ਠੀਕ ਹੈ ਸੋ ਫਿਰ ਮਿਲਦੇ ਹਾਂ ਅਟਲੀ ਬਟਲੀ ਜੁਗਨੀ ਕੱਤਦੀ ਚਰਖਾ ਹੋ ਨਾ ਲੈਂਦੀ ਸਾਈ ਦਾ ਇਹ ਜਿੰਨਾ ਕੁ ਗਾ ਰਿਹਾ ਇਹ ਉਹਨਾਂ ਹੀ ਗਾ ਰਿਹਾ ਜਿੰਨਾ ਇਹ ਗਾ ਸਕਦਾ ਹੈ ਗਾ ਸਕਦਾ ਉਸ ਤੋਂ ਜ਼ਿਆਦਾ ਗਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਜੀ ਔਰ ਜਿੰਨਾ ਕਿ ਇਹਨੇ ਗਾਇਆ ਸੁਰ ਚ ਗਾਇਆ ਤਾਂ ਮੈਨੂੰ ਤਾਂ ਪਸੰਦ ਆਇਆ ਮੈਨੂੰ ਵੀ ਪਸੰਦ ਆ ਭਾਜੀ ਮੈਨੂੰ ਉਹਦੀ ਸਮਾਈਲ ਹੀ ਨਹੀਂ ਪਸੰਦ ਆ ਨਾ ਮੈਨੂੰ ਨਹੀਂ ਆਇਆ ਪਸੰਦ ਇਹਦਾ ਪੁੱਛੋ ਕਿਉਂ ਓਹੋ ਪੁੱਛੋ ਕਿਉਂ ਦੱਸੋ ਕਿਉਂ ਪੰਜਾਬ ਬੋਲੇ ਵਾਂਸ ਮੋਰ ਅਮੁਲ ਪ੍ਰੈਜ਼ੈਂਟਸ ਵੌਇਸ ਆਫ ਪੰਜਾਬ ਥੋੜਾ ਚੈਂਪ ਸੀਜ਼ਨ 4 ਸਾਡੀ ਫੁੱਲ ਤਿਆਰੀ ਹੈ ਜੀ ਹੁਣ ਬੱਚਿਆਂ ਦੀ ਵਾਰੀ ਹੈ ਦੋਸਤੋ ਸਾਡੇ ਸ਼ੋਅ ਦੇ ਕੋ ਪ੍ਰੈਜ਼ੈਂਟਰ ਨੇ ਕੋਲਗੇਟ ਸਟਰੋਂਗ ਟੀਥ ਐਂਡ ਪਤੰਜਲੀ ਹਰਬਲ ਪਾਵਰ ਵਿਟਾ ਪਾਵਰਡ ਬਾਏ ਗੁੱਡ ਨਾਈਟ ਐਡਵਾਂਸ ਐਕਟਿਵ ਪਲੱਸ ਐਂਡ ਲਾਈਫ ਬਾਏ ਸਟਾਈਲ ਪਾਰਟਨਰ ਨੇ ਪੈਂਟਲੂਨਸ ਦੋਸਤੋ ਮੈਨਚੈਸਟਰ ਸਿਟੀ ਆਫ ਪੰਜਾਬ ਸ਼ਹਿਰ ਲੁਧਿਆਣਾ ਦੇ ਵਿੱਚ ਚੱਲ ਰਹੇ ਨੇ ਜੀ ਆਡੀਸ਼ਨਸ ਅਤੇ ਮੈਂ ਕਿਹਾ ਜੀ ਕਿਆ ਜੋਸ਼ ਹੈ ਇਹਨਾਂ ਬੱਚਿਆਂ ਦੇ ਵਿੱਚ ਦੋਸਤੋ ਜੇ ਗੱਲ ਕਰੀਏ ਸਿੰਗਰਸ ਦੀ ਤਾਂ ਹਰ ਕੋਈ ਸਿੰਗਰ ਐਕਟਰ ਬਣਨਾ ਚਾਹੁੰਦਾ ਹੈ ਜੀ ਹਾਂ ਦੋਸਤੋ ਪਰ ਇਹ ਸਾਡੇ ਛੋਟੇ ਬੱਚੇ ਵੀ ਕਿਸੇ ਤੋਂ ਘੱਟ ਨਹੀਂ ਜੀ ਹਾਂਜੀ ਮੈਂ ਕਿਹਾ ਜੀ ਇਹ ਵੀ ਬੱਚੇ ਪੂਰੇ ਐਕਟਰ ਨੇ ਮੈਂ ਇਹਨਾਂ ਨੂੰ ਦੇਣ ਜਾ ਰਿਹਾ ਇੱਕ ਡਾਇਲੋਗ ਇਹ ਹੁਣ ਬੋਲਣਗੇ ਡਾਇਲੋਗ ਐਕਟਰ ਦੇ ਸਟਾਈਲ ਵਿੱਚ ਅਤੇ ਡਾਇਲੋਗ ਹੈਗਾ ਜੀ ਓਏ ਅੱਜ ਜੱਟ ਰੋਟੀ ਗੰਡਾ ਸੇ ਤੇ ਰੱਖ ਕੇ ਖਾਊਗਾ ਓਏ ਠੀਕ ਹੈ ਅਤੇ ਜਿਹੜੀ ਕੁੜੀਆਂ ਨੇ ਉਹ ਜੱਟ ਨੂੰ ਜੱਟੀ ਕਰ ਦੇਣਗੀਆਂ ਠੀਕ ਹੈ ਦੇਖਦੇ ਹਾਂ ਫਿਰ ਬੱਚੇ ਕਿਸ ਤਰ੍ਹਾਂ ਡਾਇਲੋਗ ਬੋਲਦੇ ਨੇ ਬੋਲੋ ਅੱਜ ਜੱਟੀ ਗੰਡਾਸੇ ਤੇ ਰੋਟੀ ਰੱਖ ਕੇ ਖਾਊਗੀ ਓਏ ਓ ਅੱਜ ਜੱਟੀ ਗੰਡਾਸੇ ਤੇ ਰੋਟੀ ਰੱਖ ਕੇ ਖਾਊਗੀ ਓਏ ਗੰਡਾਸੇ ਤੇ ਰੋਟੀ ਰੱਖ ਕੇ ਖਾਊਗੀ ਓਏ ਓਏ ਅੱਜ ਜੱਟੀ ਗੰਡਾ ਗੰਡਾਸੇ
ਪਾਸੇ ਦੇ ਰੋਟੀ ਰੱਖ ਕੇ ਖਾਊਗੀ ਓਏ ਖਾਊਗਾ ਖਾਊਗਾ ਵੈਰੀ ਗੁੱਡ ਠੀਕ ਹੈ ਡਕਾਰ ਵੀ ਮਾਰੂਗਾ ਓਏ ਅੱਜ ਜੱਟ ਗੰਦਾਸੇ ਤੇ ਰੋਟੀ ਰੱਖ ਕੇ ਖਾਊਗਾ ਓਏ ਅੱਜ ਜੱਟ ਗੰਡਾਸੇ ਤੇ ਰੋਟੀ ਰੱਖ ਕੇ ਖਾਊਗਾ ਓ ਚੱਕ ਵੈਰੀ ਗੁੱਡ ਕੌਣ ਰਹਿ ਗਿਆ ਹੁਣ ਓ ਅੱਜ ਜੱਟ ਗੰਡਾਸੇ ਤੇ ਰੋਟੀ ਰੱਖ ਕੇ ਖਾਊਗਾ ਫਿਰ ਦੇਖਿਆ ਦੋਸਤੋ ਮੈਂ ਕਿਹਾ ਜੀ ਸਾਡੇ ਛੋਟੇ ਚੈਂਪਸ ਵੀ ਕਿਸੇ ਤੋਂ ਘੱਟ ਨਹੀਂ ਜੀ ਮੈਂ ਕਿਹਾ ਐਕਟਿੰਗ ਦੇ ਵਿੱਚ ਵੀ ਪੂਰੇ ਇਹ ਐਕਟਰ ਨੇ ਹੁਣ ਆਪਾਂ ਕਰਦੇ ਹਾਂ ਕੰਮ ਆਪਾਂ ਦੇਖਦੇ ਹਾਂ ਆਡੀਸ਼ਨ ਹਾਲ ਦੇ ਅੰਦਰ ਕਿ ਸਾਡੇ ਜੱਜਸ ਕਿਸ ਤਰ੍ਹਾਂ ਲੈ ਰਹੇ ਨੇ ਇਹਨਾਂ ਦੇ ਆਡੀਸ਼ਨਸ ਤੇ ਕਿਸ ਤਰ੍ਹਾਂ ਬੱਚੇ ਕਰ ਰਹੇ ਨੇ ਪਰਫਾਰਮ ਨੈਕਸਟ ਤੂੰ ਸੱਜਣਾ ਰੱਬ ਦੇ ਨਾਂ ਵਰਗਾ ਤੇ ਆਉਂਦੇ ਜਾਂਦੇ ਸਾਂ ਵਰਗਾ ਜਿਹੜੇ ਬਿਨ ਗੱਲ ਤੋਂ ਟੁੱਟ ਜਾਣ ਉਹ ਰਿਸ਼ਤੇ ਨਾਤੇ ਨਹੀਂ ਹੁੰਦੇ ਮਨ ਪਾਰਿਆ ਬਦਲ ਗਈਆਂ ਸਾਵਾਂ ਵੇ ਤੂੰ ਮੈਨੂੰ ਛੱਡ ਜਾਣਾ ਗੱਲਾਂ ਹੱਸ ਲਿਆ ਕਰ ਮਾੜਾ ਮੋਟਾ ਜੇ ਹੱਸ ਦੇਵੇ ਨਾ ਆਇਆ ਨਾ ਮੈਂ ਜਿਹਨੂੰ ਹਸਾਏ ਬਗੈਰ ਜਾਣ ਨਹੀਂ ਦੇਣਾ ਡਰ ਕੇ ਨਾ ਗਾਇਆ ਕਰੋ ਠੀਕ ਹੈ ਕੌਨਫੀਡੈਂਸ ਰਹਿ ਕੇ ਗਾਈਦਾ ਹੁੰਦਾ ਓਕੇ ਵੈਰੀ ਗੁੱਡ ਮੁਬਾਰਕਾਂ ਅੱਛਾ ਦੱਸੋ ਕਿੱਥੋਂ ਆਏ ਹੋ ਮੈਂ ਸਰ ਸੰਗਰੂਰ ਤੋਂ ਆਈ ਜੀ ਮੇਰੇ ਡਿਸਟ੍ਰਿਕਟ ਸੰਗਰੂਰ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਅੰਦਰ ਜੱਜਸ ਕੀ ਕਹਿੰਦੇ ਬਹੁਤ ਵਧੀਆ ਮੈਨੂੰ ਵੀ ਅੰਦਰ ਆ ਕੇ ਬਹੁਤ ਵਧੀਆ ਲੱਗਿਆ ਠੀਕ ਹੈ ਹੁਣ ਅੱਗੇ ਮੈਗਾ ਆਡੀਸ਼ਨ ਆ ਠੀਕ ਆ ਜੀ ਉਹ ਉੱਥੇ ਮਿਹਨਤ ਕਰਨੀ ਪੈਣੀ ਆ ਠੀਕ ਹੈ ਚੱਲ ਫਿਰ ਮੁੰਡਿਆ ਬਹੁਤ ਬਹੁਤ ਮੁਬਾਰਕਾਂ ਆਓ ਨੈਕਸਟ ਮੇਰਾ ਨਾਮ ਨਮਨ ਅਤਰੀ ਹੈ ਮੈਂ ਬਠਿੰਡੇ ਦਾ ਰਹਿਣ ਵਾਲਾ ਹਾਂ ਮੈਨੂੰ ਗਾਉਣ ਦੇ ਨਾਲ ਨਾਲ ਨੱਚਣ ਟੱਪਣ ਦਾ ਵੀ ਬਹੁਤ ਜ਼ਿਆਦਾ ਸ਼ੌਕ ਹੈ ਮੈਂ ਨਮਨ ਕੀ ਮੰਮਾ ਮੇਰੇ ਨਮਨ ਬੇਟੇ ਕੋ ਸਿੰਗਿੰਗ ਮੇਂ ਬਹੁਤ ਮਨ ਲਗਤਾ ਹੈ ਔਰ ਬਾਥਰੂਮ ਮੇਂ ਵੀ ਇਸਕੋ ਇਤਨਾ ਹੈ ਕਿ ਨਹਾਤਾ ਬਾਅਦ ਮੇਂ ਪਹਿਲੇ ਸਿੰਗਿੰਗ ਕਰਤਾ ਹੈ ਖੜਾ ਹੋ ਕੇ ਕਿੱਥੇ ਜਾਂਦੀ ਤੜਖਾ ਇਸਕੋ ਨਾ ਪੜ੍ਹਾਈ ਮੇਂ ਬਿਲਕੁਲ ਵੀ ਮਨ ਨਹੀਂ ਲਗਤਾ ਸਿੰਗਿੰਗ ਕੇ ਸਾਥ ਹੀ ਪੜ੍ਹਤਾ ਹੈ ਯੇ ਦੁਬਾਰਾ ਬਾਪੂ ਗੱਲਾਂ ਦੱਸ ਲਾਡੀ ਮੈਂ ਇਸਕੋ ਵੌਇਸ ਆਫ ਪੰਜਾਬ ਛੋਟਾ ਚੈਂਪ ਮੇਂ ਇਸ ਲਈ ਲੈ ਜਾ ਰਹੀ ਹੂੰ ਕਿ ਇਹ ਬਹੁਤ ਬੜਾ ਸਿੰਗਰ ਬਣੇ ਔਰ ਆਪਣਾ ਨਾਮ ਉੱਪਰ ਤੱਕ ਲੈ ਕੇ ਜਾਏ ਯੇ ਹੋ ਅੱਲਾ ਬਿਸਮਿਲ੍ਲਾ ਤੇਰੀ ਜੁਗਣੀ ਹੀਰ ਮੌਲਾ ਅਲੀ ਤੇਰੀ ਜੁਗਣੀ ਅੱਲਾ ਬਿਸਮਿਲ੍ਲਾ ਤੇਰੀ ਜੁਗਣੀ ਹੀਰ ਮੌਲਾ ਅਲੀ ਤੇਰੀ ਜੁਗਣੀ ਸਾਈਂ ਮੇਰਾ ਵਾਲੇ ਆਵ ਜੁਗਣੀ ਅਲੀ ਮੌਲਾ ਅਲੀ ਤੇਰੀ ਜੁਗਣੀ ਹੋ ਜੁਗਣੀ ਕੱਤ ਦੀ ਚਰਖਾ ਹੋ ਨਾ ਲੈਂਦੀ ਸਾਈਂ ਦਾ ਜੁਗਨੀ ਕੱਤ ਦੀ ਚਰਖਾ ਹੋ ਨਾ ਲੈਂਦੀ ਸਾਈਂ ਦਾ ਏ ਚਾਲੇ ਪੁਣੀ ਇਸ਼ਕ ਦੀ ਹੋ ਏ ਚਾਲੇ ਪੁਣੀ ਇਸ਼ਕ ਦੀ ਤੇ ਅਮਲਾ ਦਾ ਤੰਦ ਪਾਈ ਦਾ ਜੁਗਨੀ ਕੱਤ ਦੀ ਚਰਖਾ ਹੋ ਨਾ ਲੈਂਦੀ ਸਾਈਂ ਦਾ ਜੁਗਨੀ ਕੱਤ ਦੀ ਚਰਖਾ ਕਿੰਨਾ ਤੋਂ ਸਿੱਖਦਾ ਪੁੱਤਰ ਸਰ ਮੈਂ ਉਸਤਾਦ ਰਜਿੰਦਰ ਸਿੰਘ ਜੀ ਤੋਂ ਸਿੱਖਦਾ ਮੈਨੂੰ ਯਾਰ ਇਸ ਬੱਚੇ 'ਚ ਨਾ ਇੱਕ ਇੱਕ ਚੀਜ਼ ਬਹੁਤ ਚੰਗੀ ਲੱਗੀ ਹੈ ਕਿ ਇਹ ਸਿੱਖਦਾ ਹੈ ਚਲੋ ਉਹ ਤਾਂ ਅੱਛੀ ਗੱਲ ਹੈ ਇਹ ਜਿੰਨਾ ਕੁ ਗਾ ਰਿਹਾ ਇਹ ਓਨਾ ਹੀ ਗਾ ਰਿਹਾ ਜਿੰਨਾ ਇਹ ਗਾ ਸਕਦਾ ਗਾ ਸਕਦਾ ਉਸ ਤੋਂ ਜ਼ਿਆਦਾ ਗਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਔਰ ਜਿੰਨਾ ਕਿ ਇਹਨੇ ਗਾਇਆ ਸੁਰ 'ਚ ਗਾਇਆ ਤਾਂ ਮੈਨੂੰ ਤਾਂ ਪਸੰਦ ਆਇਆ ਮੈਨੂੰ ਵੀ ਪਸੰਦ ਆ ਭਾਅ ਜੀ ਮੈਨੂੰ ਉਹਦੀ ਸਮਾਈਲ ਹੀ ਨਹੀਂ ਪਸੰਦ ਆ ਨਾ ਮੈਨੂੰ ਨਹੀਂ ਆਇਆ ਪਸੰਦ ਇਹ ਪੁੱਛੋ ਕਿਉਂ ਓਹੋ ਪੁੱਛੋ ਕਿਉਂ ਦੱਸੋ ਕਿਉਂ ਬੇਟੇ ਮੈਂ ਮਜ਼ਾਕ ਕਰਦਾ ਬਹੁਤ ਸੋਹਣਾ ਗਾਇਆ ਥੈਂਕ ਯੂ ਤੁਸੀਂ ਬਹੁਤ ਹੀ ਪਿਆਰਾ ਗਾਇਆ ਬਸ ਜਿਹੜਾ ਉਹ ਸ਼ਬਦ ਸੀ ਨਾ ਹੀਰ ਮੌਲਾ ਵਾਲੀ ਨਹੀਂ ਪੀਰ ਮੌਲਾ ਵਾਲੀ ਤੇਰੀ ਪੀਰ ਮੌਲਾ ਪੀਰ ਮੌਲਾ ਓਕੇ ਸਰ ਤੇ ਬਸ ਇੱਕ ਥੋੜਾ ਜਿਹਾ ਸਾਨੂੰ ਵੈਸੇ ਹੀ ਖੁਸ਼ ਕਰਨ ਲਈ ਇੱਕ ਨੱਚ ਕੇ ਜੇ ਗਾਣਾ ਕੋਈ ਸੁਣਾ ਦੇ ਯਾਰ ਹੋ ਇਸ਼ਕ ਬੁੱਲੇ ਨੂੰ ਨਚਾਵੇ ਯਾਰ ਤੇ ਨੱਚਣਾ ਪੈਂਦਾ ਏ ਵੇਖ ਅਸਮਾ ਹੋ ਇਸ਼ਕ ਬੁੱਲੇ ਨੂੰ ਨਚਾਵੇ ਯਾਰ ਤੇ ਨੱਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ ਗੋਲੂ ਮੋਲੂ ਦੇਖੀ 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 ਕੀ ਬਾਤ ਹੈ ਮੈਂ ਤਾਂ ਬਹੁਤ ਖੁਸ਼ ਹੋ ਜੀ ਮਾਂ ਜਿੰਨੀ ਖੁਸ਼ ਹੁੰਦੀ ਹੈ ਕੋਈ ਨਹੀਂ ਹੋ ਸਕਦਾ ਜੀ ਸੋ ਕਿੰਨੀ ਮਿਹਨਤ ਕਰਦਾ ਹੈ ਸਿੰਗਿੰਗ ਬਹੁਤ ਜੀ ਚਲੋ ਹੁਣ ਮੈਗਾ ਆਡੀਸ਼ਨ ਦੇ ਵਿੱਚ ਹੋਰ ਮਿਹਨਤ ਕਰਨੀ ਪੈਣੀ ਹੈ ਹਾਂਜੀ ਠੀਕ ਹੈ ਹੋਰ ਤਿਆਰੀ ਕਰਕੇ ਆਇਓ ਮੁਬਾਰਕਾਂ
आओ जी नेक्स्ट। दिखी हुई है, पिछले साल आई थी। हाँ जी। उस तो पिछले साल भी आई थी। हाँ जी। उस तो पिछले साल भी आई थी। नहीं नहीं। तो फिर नहीं नहीं। नहीं। तो आपके बैग की है? हैंकी। हैंकी हैंकी दे हाथ चाहे। मेरा दीदी का हैंकी है और 100 रुपीस। 100 रुपीस। की चढ़ा रहे बेटा? मैं गान तो पहले कुछ खाना होना खा लूँ। हाँ खाओ खाओ बेटे। और भी कुछ खा लो। चल सुना दो। वो बाबली साडा जान तोड़ के भगवान जी सारा ख्याल तुसी रोटी ते रख्या है वतना नू कुटी कुटी चूरिया मैं छन्ने विच पनिया हाय रब्बा मेरिया मैं छन्ने विच पन जिंद माही जे चले ओ परदेस कदे ना भुली ओए कदे ना भुली अपना देश अपनी बोली ओए। दोस्तों इस बार वॉइस ऑफ पंजाब छोटा चैंप सीजन 4 दा लेवल इना छोटे बच्चों ने बहुत ही उच्चा सेट कर दिता है। जी हाँ दोस्तों इस बार दा मुकाबला बहुत ही सख्त है ते बहुत ही जबरदस्त टक्कर है। इस सुरीली जबरदस्त टक्कर दे विच जे थोड़ी जी मस्ती हो जाए मैं क्या जी माहौल बन जाता। बिल्कुल दोस्तों हुण आपां एक छोटी जी मस्ती करते हैं। वो मस्ती ये है कि आपां गाने गाने हैं ठीक है, पर गाने किस तरह गाने हैं ये भी पुछो। किस तरह गाने हैं पुछो? किस तरह? वह गाने इस तरह गाने हैं कि तुम देख सकते हो कि आ हा हा आ रसगुल्ले स्पॉन्जी रसगुल्ले मैं लैके आया इन्हों बच्चों के वास्ते। इन्हों बच्चों ने की करना है ये रसगुल्ले मूँह दे विच पाने यानी खाने हैं तो उस तो बाद गाना गाना तुसी ठीक है। देखते हैं मूँह दे विच रसगुल्ला पा के केड़ा बच्चा गाना गा सकता है ठीक है। ये अपनी मस्ती है करिए शुरू। यस हां जी करिए। हां जी चल जी मुंडिया हाफ करके हुण पा मूँह च तो हुण गा गाना गा। कोशिश कर कोशिश कर। हाँ एक और फिर हाँ लिया ने कर ली शिला। हाँ बहुत बढ़िया बहुत बढ़िया बहुत बढ़िया यस यस। हाँ चल चल ਸਾਡੀ ਨੇੜੇ ਹੋ ਕੇ ਮਾਲਕ ਨੇ ਸੁਣ ਲਈ ਤੇ ਪੁੰਜੇ ਲੱਗ ਦੇਣਾ ਪੈ ਜੀ। ਬਾਬੇ ਵੱਲ ਵੀਰੋ ਕਹਾਣੀ ਕਰਦੀ ਮਿੱਤਾ ਮਰ ਜਾਣੀ ਸੁੱਚਾ ਨਾ ਬਰਕੰਡਾ ਮੋਢੇ ਤੇ ਬਰਕੰਡਾ ਨਾ 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 ਬਾਬੇ ਬਾ ਇੱਕ ਵਾਰ ਫਿਰ ਚੱਲ ਬਾਬੇ ਬਾ ਵੀਰੋ ਕਹਾਣੀ बच्चा तो रसगुल्ला खा के गाना नहीं गाया जाना ठीक है। ते हुण आपां करदे आ काम आपां ना हुण एक छोटी जी ब्रेक लै लैंदे आ ठीक है। फिर उस तो बाद आपां रसगुल्ले दा बाद च कल्ले मजे लै लांगे। ते देखो जी हुण इन्हां बच्चां ने रसगुल्ले खाधे ने ते मेरे मूँह च भी थोड़ा जिहा पानी आ गया ठीक है। ਗੱਲ ਏਦਾਂ ਦੇਖੋ ਜੀ ਆਪਾਂ ਮਿਲ ਜਾਏ ਛੋਟੀ ਉਹ ਕੁੱਲੀ ਬਹਿ ਗਿਆ ਚਨਾ ਤੋਂ ਪਾਰ ਪਾ ਕੇ ਸੌਖਾ ਨਹੀਂ ਯਾਰ ਲੱਭਣਾ ਕੁੱਲੀ। ਬਹੁਤ ਮਜ਼ਾ ਆਇਆ ਬੜਾ ਅੱਛਾ ਟੈਲੈਂਟ ਮਿਲਿਆ ਔਰ ਬੜੀ ਅੱਛੀ ਸ਼ੁਰੂਆਤ ਹੋਈ ਹੈ ਸ਼ੋਅ ਦੀ। ਹਾਂ ਇਸ ਵਾਰ ਫੁੱਲ ਮਜ਼ਾ ਹੋਊਗਾ ਜੀ ਪੂਰਾ 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 ਟਫ ਕੰਪੀਟੀਸ਼ਨ ਟਫ ਹੋਣਾ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਸੁਰਾ ਦੇ ਮਹਾਂ ਮੁਕਾਬਲੇ ਵਿੱਚ। ਨਾਮ ਹੈ ਜਿਸਦਾ ਅਮੁਲ ਪ੍ਰੈਜੈਂਟਸ ਵੌਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ 4। ਅਸੀਂ ਹੈਗੇ ਹਾਂ ਜੀ ਲੁਧਿਆਣਾ ਸ਼ਹਿਰ ਦੇ ਵਿੱਚ। ਸ਼ੋਅ ਦੇ ਕੋ ਪ੍ਰੈਜੈਂਟਰ ਨੇ ਕੋਲਗੇਟ ਸਟਰੋਂਗ ਟੀਥ ਐਂਡ ਪਤੰਜਲੀ ਹਰਬਲ ਪਾਵਰ ਵਿਟਾ ਪਾਵਰਡ ਬਾਏ ਗੁੱਡ ਨਾਈਟ ਐਡਵਾਂਸ ਐਕਟਿਵ ਪਲੱਸ ਐਂਡ ਲਾਈਫ ਬਾਏ। ਸਟਾਈਲ ਪਾਰਟਨਰ ਨੇ ਪੈਂਟਲੂਨਸ। ਦੋਸਤੋ ਦਿਲਾਂ ਵਿੱਚ ਜਗਾ ਕੇ ਸਟਾਰ ਸਿੰਗਰ ਬਣਨ ਦੀ ਹਸਰਤ ਅਤੇ ਨੈਣਾ ਵਿੱਚ ਸਜਾ ਕੇ ਵੌਇਸ ਆਫ ਪੰਜਾਬ ਛੋਟਾ ਚੈਂਪ ਦਾ ਖਿਤਾਬ ਜਿੱਤਣ ਦਾ ਖੁਆਬ। ਇਹ ਛੋਟੇ ਛੋਟੇ ਗੱਭਰੂ ਅਤੇ ਛੋਟੀਆਂ ਛੋਟੀਆਂ ਮੁਟਿਆਰਾਂ ਵੇਟ ਕਰ ਰਹੀਆਂ ਨੇ ਆਪਣੀ ਆਪਣੀ ਵਾਰੀ ਦੀ।
ਅਤੇ ਨਾਲ ਨਾਲ ਦੋਸਤੋ ਆਡੀਸ਼ਨ ਸੈਂਟਰ ਦੇ ਅੰਦਰ ਬਹੁਤ ਸਾਰੇ ਬੱਚਿਆਂ ਨੂੰ ਮਿਲ ਰਹੇ ਨੇ ਮੈਡਲਸ ਮੈਗਾ ਆਡੀਸ਼ਨਸ ਦੇ ਵਾਸਤੇ ਅਤੇ ਜਿਹੜੇ ਬੱਚੇ ਜ਼ਿਆਦਾ ਇੰਪ੍ਰੈਸ ਨਹੀਂ ਕਰ ਪਾਏ ਉਹਨਾਂ ਨੂੰ ਮਿਲ ਰਹੀ ਹੈ ਜੀ ਐਡਵਾਈਸ ਅਗਲੇ ਸਾਲ ਹੋਰ ਮਿਹਨਤ ਕਰਕੇ ਆਉਣ ਦੀ। ਖੈਰ ਆਪਾਂ ਕਰਦੇ ਹਾਂ ਕੰਮ, ਆਪਾਂ ਚੱਲਦੇ ਹਾਂ ਆਡੀਸ਼ਨ ਹਾਲ ਦੇ ਅੰਦਰ ਅਤੇ ਦੇਖਦੇ ਹਾਂ ਕਿ ਕਿਹੜੇ ਕਿਹੜੇ ਬੱਚਿਆਂ ਨੂੰ ਮਿਲ ਰਹੇ ਨੇ ਮੈਗਾ ਆਡੀਸ਼ਨਸ ਦੇ ਲਈ ਮੈਡਲਸ। ਉਹ ਕੁੱਲੀ ਬਹਿ ਗਿਆ ਚਨਾ ਤੋਂ ਪਾਰ ਪਾ ਕੇ, ਉਹ ਕੁੱਲੀ ਬਹਿ ਗਿਆ ਚਨਾ ਤੋਂ ਪਾਰ ਪਾ ਕੇ, ਸੌਖਾ ਨਹੀਂ ਓ ਯਾਰ ਲੱਭਣਾ, ਕੁੱਲੀ ਬਹਿ ਗਿਆ ਚਨਾ ਤੋਂ ਪਾਰ ਪਾ ਕੇ, ਸੌਖਾ ਨਹੀਂ ਓ ਯਾਰ ਲੱਭਣਾ, ਉਹ ਪੁੱਛੋ ਸੱਸੀ ਨੂੰ ਕਹਾਣੀ ਪੁੰਨੂ ਯਾਰ ਦੀ, ਉਹ ਫਿਰਦੀ ਥਲਾਂ ਚ ਵਿਚਾਰੀ ਤਾਂ ਹਮਾਰ ਦੀ, ਉਹ ਰਾਤੀ ਸੇਜ ਤੇ ਸਵਾਇਆ ਸੁਬਾ ਨਜ਼ਰ ਨਾ ਆਇਆ, ਹਾਏ ਸੇਜ ਤੇ ਸਵਾਇਆ ਸੁਬਾ ਨਜ਼ਰ ਨਾ ਆਇਆ, ਸੱਸੀ ਡਿੱਗ ਪਈ ਥਲਾਂ ਚ ਕੱਛ ਖਾ ਕੇ, ਸੌਖਾ ਨਹੀਂ ਓ ਯਾਰ ਲੱਭਣਾ, ਕੁੱਲੀ। ਅੱਗੇ ਤੁਸੀਂ ਜਾ ਰਹੇ ਹੋ ਪਰ ਇਹਦੇ ਨਾਲ ਨਾਲ ਤੁਹਾਡੀ ਟੋਨ ਬੜੀ ਹੈ, ਜਿਹੜਾ ਤੁਸੀਂ ਸਿਲੈਕਟ ਹੋਣ ਦਾ ਕਾਰਨ ਸਿਰਫ ਤੁਹਾਡੀ ਟੋਨ ਹੈ, ਕਿਉਂਕਿ ਡਿਫਰੈਂਟ ਸਾਊਂਡ ਕੀਤੀ ਹੈ ਤੁਹਾਡੀ ਜਿਹੜੀ ਵੋਕਲ ਹੈ ਨਾ, ਤੁਹਾਡੀ ਆਵਾਜ਼ ਜਿਹੜੀ ਡਿਫਰੈਂਟ ਸਾਊਂਡ ਕੀਤੀ ਆ। ਅਤੇ ਬੇਟੇ ਹੋਰ ਹੁਣ ਜਿਹੜੇ ਅਗਲੇ ਰਾਊਂਡਾਂ ਦੇ ਵਿੱਚ ਤੁਸੀਂ ਜਾਣਾ, ਥੋੜ੍ਹੇ ਹੋਰ ਗਾਣੇ ਵੀ ਤਿਆਰ ਕਰਨੇ ਆ, ਠੀਕ ਹੈ? ਅਲੱਗ ਅਲੱਗ ਤਰ੍ਹਾਂ ਦੇ ਗਾਣੇ ਯਾਦ ਕਰਕੇ ਆਉਣੇ ਆ, ਠੀਕ ਹੈ? ਗੁੱਡ ਲੱਕ, ਮਜ਼ਾ ਆ ਗਿਆ ਲੁਧਿਆਣਾ। ਭਾਅ ਜੀ ਲੁਧਿਆਣੇ ਦੇ ਵਿੱਚੋਂ ਬੜੇ ਪਿਆਰੇ ਪਿਆਰੇ ਬੱਚੇ ਔਰ ਅਲੱਗ ਅਲੱਗ ਜ਼ੋਨਰ ਦੇ ਗਾਉਣ ਵਾਲੇ ਮਿਲੇ ਨੇ ਤੇ, ਲੇਕਿਨ ਬਹੁਤ ਮਜ਼ਾ ਆਇਆ, ਬੜਾ ਅੱਛਾ ਟੈਲੈਂਟ ਮਿਲਿਆ ਔਰ ਬੜੀ ਅੱਛੀ ਸ਼ੁਰੂਆਤ ਹੋਈ ਹੈ ਸ਼ੋਅ ਦੀ। ਹਾਂ, ਇਸ ਵਾਰ ਫੁੱਲ ਮਜ਼ਾ ਹੋਊਗਾ ਜੀ, ਪੂਰਾ 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 ਟਫ ਕੰਪੀਟੀਸ਼ਨ। ਬਿਲਕੁਲ, ਪਰਮਾਤਮਾ ਸੁੱਖ ਰੱਖੇ, ਅਗਲੇ ਸ਼ਹਿਰ 'ਚ ਵੀ ਸਾਨੂੰ ਸਿਲੈਕਟਡ ਬੱਚਿਆਂ ਨੂੰ ਹੋਰ ਮੱਤ ਬਖਸ਼ੇ ਤੇ ਅਗਲੇ ਸ਼ਹਿਰ 'ਚ ਮੈਨੂੰ ਲੱਗਦਾ ਸਾਨੂੰ ਇਸ ਤੋਂ ਵੀ ਜ਼ਿਆਦਾ ਵਧੀਆ ਟੈਲੈਂਟ ਮਿਲੇਗਾ ਜੀ। ਸੋ ਚੱਲੀਏ, ਅਗਲੇ ਲੈ ਕੇ ਚੱਲਦੇ। ਹਾਂ ਜੀ, ਆਓ ਜੀ, ਚਲੋ ਜੀ। ਬੂਟਾ ਸਰਦਾਰੀ ਦਾ ਹਰ ਬਾਗ ਵਿੱਚ ਨਹੀਂ ਖਿਲਦਾ, ਉਹ ਜਿਨ੍ਹਾਂ ਨੂੰ ਗਾਉਣ ਦਾ ਸ਼ੌਂਕ ਹੈ ਮੈਡਲ ਉਹਨਾਂ ਨੂੰ ਹੀ ਮਿਲਦਾ। ਸਹੇਲੀਆਂ ਦੇ ਵਿੱਚ ਜਾਨ ਸਾਡੀ ਰੱਖੀ ਟੌਪ ਤੇ ਯਾਰੀ, ਜਿੱਤ ਕੇ ਹੀ ਜਾਵਾਂਗੇ ਕਰਕੇ ਆਈਆਂ ਛੋਟਾ ਚੈਨ ਚਾਰ ਦੀ ਤਿਆਰੀ। ਹੁਣ ਕਰ ਲਿਆ ਸਬਰ ਬਥੇਰਾ, ਤੂੰ ਮੇਰੀ ਤੇ ਮੈਂ ਤੇਰਾ, ਪਿੰਡ ਵਾਲੇ ਕਹਿੰਦੇ ਮੈਨੂੰ ਸੁਰਾਂ ਦਾ ਨਵਾਬ, ਤੇ ਮੈਂ ਲੈਣ ਆਇਆ 250 ਸੀਜ਼ਨ 4 ਦਾ ਖਿਤਾਬ। ਹੁਣ ਹੋ ਗਈ ਸੁਰਾਂ ਦੀ ਤਕਰਾਰ ਤੇ ਸੰਗੀਤ ਦਾ ਚੜੇਗਾ ਬੁਖਾਰ, ਹੁਣ ਛਿੜ ਗਈ ਹੈ ਜੰਗ ਸੁਰ ਦੀ ਤੇ ਹੋਵੇਗੀ ਪਹਿਚਾਨ ਮੇਰੇ ਵਰਗੇ ਨੂਰ ਦੀ। ਦਿਲ ਵਿੱਚ ਹੈ ਮੇਰੇ ਗਾਇਕੀ ਤੇ ਸੁਰਾਂ ਵਿੱਚ ਦਮ, ਓ ਜੀ ਨਾਮ ਹੈ ਮੇਰਾ ਸ਼ਬਨਮ। ਦੋਸਤੋ ਢੇਰ ਸਾਰੀ ਮਸਤੀ ਦੇ ਨਾਲ ਵੌਇਸ ਆਫ ਪੰਜਾਬ ਛੋਟਾ ਚੈਮ ਦੇ ਲੁਧਿਆਣੇ ਦੇ ਆਡੀਸ਼ਨਸ ਖਤਮ ਹੋ ਚੁੱਕੇ ਨੇ, ਜਿੱਥੇ ਸਾਨੂੰ ਬਹੁਤ ਸਾਰੀਆਂ ਦਮਦਾਰ ਤੇ ਸੁਰੀਲੀਆਂ ਆਵਾਜ਼ਾਂ ਸੁਣਨ ਨੂੰ ਮਿਲੀਆਂ। ਦੋਸਤੋ ਹੁਣ ਅਸੀਂ ਸੁਰੀਲੀਆਂ ਆਵਾਜ਼ਾਂ ਦੀ ਤਲਾਸ਼ ਵਿੱਚ ਜਾਵਾਂਗੇ ਜੀ ਪੰਜਾਬ ਦੇ ਇੱਕ ਹੋਰ ਸ਼ਹਿਰ ਵੱਲ। ਦਿਓ ਜੀ ਹੁਣ ਇਜਾਜ਼ਤ, ਦੇਖਦੇ ਰਹੋ PTC ਪੰਜਾਬੀ ਤੇ ਪੰਜਾਬ ਬੋਲੇ ਵਾਂਸ ਮੋਰ, ਵੌਇਸ ਆਫ ਪੰਜਾਬ ਛੋਟਾ ਚੈਮ ਸੀਜ਼ਨ 4 ਸਾਡੀ ਵੱਲ ਤਿਆਰੀ ਹੈ, ਹੁਣ ਬੱਚਿਆਂ ਦੀ ਵਾਰੀ ਹੈ।